ਇਸ ਘੋੜੇ ਨੂੰ ਆਮ ਘੋੜਾ ਨਾ ਸਮਝ ਲਿਓ, ਕਿਤੇ ਸਾਧਾਰਨ ਘੋੜਾ ਨਾ ਸਮਝ ਲਿਓ, ਇਹ ਘੋੜਾ ਬਿਲਕੁਲ ਖਾਸ ਹੈ। ਇਹ ਘੋੜੇ ਨੇ ਇਤਿਹਾਸ ਰਚਤਾ ਸੱਜਣੋ, ਅੱਜ ਦੀ ਡੇਟ 'ਚ ਇਤਿਹਾਸ ਐਵੇਂ ਰਚਤਾ। ਇਹ ਸ਼ੂਟਰ ਨਾਂ ਦਾ ਘੋੜਾ ਹੈ, ਮਾਂਗਟਕੇਰ ਪਿੰਡ ਦੇ ਵਿੱਚ। ਸਾਰੀ ਜਾਣਕਾਰੀ ਦਿੰਦੇ ਹਾਂ, ਇਤਿਹਾਸ ਐਵੇਂ ਰਚਤਾ ਕਿ ਹੁਣ ਤੱਕ ਜਿੰਨੇ ਵੀ 35 ਤੋਂ 40 ਬੱਚੇ ਆਏ ਆ, ਸਾਰੇ ਇਸ ਸ਼ੂਟਰ ਘੋੜੇ ਦੇ ਨੁਕਰੇ ਬੱਚੇ ਆਏ ਆ ਸੱਜਣੋ। ਅਤੇ ਉਹ ਸਬੂਤ ਦੇ ਨਾਲ ਇਕੱਲੀਆਂ ਇਕੱਲੀਆਂ ਤੁਹਾਨੂੰ ਫੋਟੋਆਂ ਵੀ ਵਿਖਾਵਾਂਗੇ। ਇੱਕ ਇਹਨਾਂ ਦੇ ਕੋਲ ਆਹ ਨੁਕਰਾ ਘੋੜਾ ਹੈ ਜੀ, ਇਹ ਘੋੜੇ ਦਾ ਨਾਂ ਹੈਗਾ ਜਾਫਰ, ਪ੍ਰਿੰਸ ਡੋਡਾ ਵਾਲੇ ਦਾ ਪੁੱਤ ਹੈ। ਬਾਕੀ ਜਾਣਕਾਰੀ ਮੈਂ ਅੱਗੇ ਜਾ ਕੇ ਦਿੰਦਾ। ਇਹ ਘੋੜੇ ਬਾਰੇ ਬਾਈ ਹੋਣੀ ਕਹਿੰਦੇ ਵੀ ਕਿਸੇ ਨੂੰ ਚੰਗਾ ਲੱਗੇ ਤਾਂ ਬਾਈ ਵਿਚਾਰ ਵੀ ਬਣ ਸਕਦਾ, ਫੋਨ ਲਾ ਲਿਓ। ਅਤੇ ਇੱਕ ਇਹਨਾਂ ਭਰਾਵਾਂ ਦੇ ਕੋਲ ਹੈਗੀ ਹੈ ਆਹ ਜਿਹੜੀ ਘੋੜੀ, ਬਹੁਤ ਚੰਗਾ ਤੁਰਦੀ ਹੈ, ਬਹੁਤ ਸੋਹਣੀ ਬਣਤਰ ਹੈ, ਖੁੱਲ੍ਹੀ ਡੁੱਲੀ ਘੋੜੀ ਹੈ, ਪੇਟਲ ਘੋੜੀ ਹੈ। ਇਹ ਵੀ ਬਾਈ ਕਹਿੰਦੇ ਵੀ ਜੇ ਕਿ ਭਰਾ ਨੂੰ ਚਾਹੀਦੀ ਹੈ ਤਾਂ ਤੁਸੀਂ ਫੋਨ ਲਾ ਲਿਓ, ਇਹ ਵੀ ਫੋਰ ਸੇਲ 'ਤੇ ਹੈ। ਇੱਕ ਇਹਨਾਂ ਦੇ ਕੋਲ ਆ ਨੁਕਰੀ ਬਛੇਰੀ ਹੈ ਸੱਜਣੋ, ਇਹਦਾ ਵੀ ਵਿਚਾਰ ਬਣ ਸਕਦਾ ਕਿਹੜੇ ਘੋੜੇ ਦੀ ਹੈ, ਕਿੰਨੀ ਉਮਰ ਹੈ, ਕੀ ਹਿਸਾਬ ਕਿਤਾਬ। ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨ ਦੇ ਲਈ ਅੱਜ ਪਹੁੰਚੇ ਹਾਂ ਪਿੰਡ ਮਾਂਗਟਕੇਰ। ਸਵਰਗ ਵਾਸੀ ਸਰਦਾਰ ਗੁਰਦਿੱਤ ਸਿੰਘ ਕੋਠੀ ਵਾਲਿਆਂ ਦੇ ਫਾਰਮ, ਬਰਾੜ ਸਟੱਡ ਫਾਰਮ 'ਤੇ ਬਹੁਤ ਹੀ ਵਧੀਆ ਬਾਈ ਨੇ ਅਰੇਂਜਮੈਂਟ ਕੀਤਾ ਸੀ। ਪਹਿਲਾਂ ਤਾਂ ਬਾਈ ਦਾ ਵੀਡੀਓ ਰਾਹੀਂ ਮੈਂ ਧੰਨਵਾਦ ਕਰਦਾ ਕਿ ਇੰਨੇ ਭਰਾਵਾਂ ਦਾ ਇਕੱਠ ਸੀ, ਛੋਟੀ ਮੰਡੀ ਲੱਗੀ ਮੈਨੂੰ ਮੇਲੇ ਵਾਂਗ ਹੀ ਜਾਪਿਆ, ਅਤੇ ਸਾਰਿਆਂ ਨੇ ਬਹੁਤ ਸਤਿਕਾਰ ਦਿੱਤਾ, ਅਤੇ ਅਸੀਂ ਵੀ ਸਾਰੇ ਭਰਾ ਜਿਹੜੇ ਉੱਥੇ ਪਹੁੰਚੇ ਸੀ ਬਾਈ ਦੇ ਘਰ ਇੱਕ ਨਿੱਕੀ ਜਿਹੀ ਕਾਲ 'ਤੇ, ਸਾਰਿਆਂ ਦਾ ਤਹਿ ਦਿਲੋਂ ਪੂਰੀ ਟੀਮ ਦੇ ਵੱਲੋਂ ਕਰਦੇ ਹਾਂ ਧੰਨਵਾਦ ਕਰਦੇ ਹਾਂ। ਅਤੇ ਆਹ ਨੇ ਸਰਦਾਰ ਸੁਖਮੰਦਰ ਸਿੰਘ ਜੀ ਬਰਾੜ ਸਾਹਿਬ, ਬਾਈ ਦੇ ਫਾਦਰ ਸਾਹਿਬ, ਇਹਨਾਂ ਦੀ ਵੱਡੀ ਸਪੋਰਟ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਘੋੜਿਆਂ ਦੇ ਵਿੱਚ, ਅਤੇ ਨਾਲ ਖੜ੍ਹਾ ਹੈ ਸਾਡਾ ਵੱਡਾ ਬਾਈ, ਬਾਈ ਲਵੀ ਬਰਾੜ, ਬਹੁਤ ਹੀ ਵਧੀਆ ਇਨਸਾਨ ਹੈ, ਤਾਂ ਹੀ ਪਰਮਾਤਮਾ ਨੇ ਏਡੇ ਏਡੇ ਘੋੜੇ ਪਖਸ਼ੇ ਹੈ। ਜੱਦੀ ਪੁਸ਼ਤੀ ਸ਼ੌਂਕ ਹੈ ਸੱਜਣੋ ਬਾਈ ਹੁਣਾਂ ਦਾ, ਬਹੁਤ ਲੰਮੇ ਸਮੇਂ ਤੋਂ ਘੋੜਿਆਂ ਦੇ ਨਾਲ ਜੁੜੇ ਹੈ। ਹੁਣ ਤੁਹਾਨੂੰ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਦਾ ਘੋੜੇ ਬਾਰੇ, ਬਾਕੀ ਗੱਲਾਂ ਤਾਂ ਆਪਾਂ ਵੀਡੀਓ 'ਚ ਕਰਨੀਆਂ ਹੈ। ਇਹ ਘੋੜੇ ਦਾ ਨਾਂ ਹੈ ਜੀ ਸ਼ੂਟਰ, ਆਹ ਇਹਦਾ ਇੱਕ ਰਿਜ਼ਲਟ ਮੈਂ ਤੁਹਾਨੂੰ ਮਾੜਾ ਜਿਹਾ ਵਿਖਾਉਣਾ, ਬਾਕੀ 30-40 ਬੱਚੇ ਵੀਡੀਓ 'ਚ ਵਿਖਾਉਣੇ ਆ। ਇਹ ਰਿਜ਼ਲਟ ਇਸ ਸ਼ੂਟਰ ਘੋੜੇ ਦਾ ਖੜ੍ਹਾ ਹੈ ਸੱਜਣੋ, ਪਿੰਡ ਚੁੱਗੇ ਕਲਾਂ ਗੱਗੀ ਗਦਾਰਾ ਸਾਹਿਬ ਦੇ ਕੋਲ, ਬਹੁਤ ਸੋਹਣਾ ਬਛੇਰਾ ਤਿਆਰ ਹੋਈ ਜਾਂਦਾ ਹੈ। ਬਾਕੀ 30-40 ਬੱਚੇ ਦਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਹੀ ਵਿਖਾਉਣੇ ਆ। ਇਹਨਾਂ ਦੱਸਦਾ ਕਿ ਸਮੁੰਦਰ ਘੋੜੇ ਦਾ ਪੁੱਤ ਹੈ, ਕਿੰਨੀ ਉਮਰ ਹੈ, ਕਿੰਨੀ ਹਾਈਟ ਹੈ, ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਹੋਰ ਵੀ ਗੱਲਾਂ ਬਾਤਾਂ, ਮੰਡੀ ਬਾਰੇ ਵੀ ਗੱਲਾਂ ਕਰਾਂਗੇ। ਵੀਡੀਓ ਐਂਡ ਤੱਕ ਦੇਖਿਓ, ਪਹਿਲੀ ਵੀਡੀਓ ਹੈ ਭਰਾਵਾਂ ਦੀ, ਤਾਂ ਤੁਹਾਨੂੰ ਸਵਾਦ ਆਊਗਾ। ਬਾਕੀ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ, ਸੋਹਣੇ ਕਮੈਂਟ ਕੀਤੇ, ਨਵਾਂ ਨਵਾਂ ਪੇਜ ਫੋਲੋ ਕੀਤਾ, ਉਹਨਾਂ ਭਰਾਵਾਂ 'ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ, ਵਿੱਕੀ ਬਾਦਸ਼ਾਹ ਦਦੇਰ ਸਾਹਿਬ ਤੋਂ, ਸੁਰਿੰਦਰ ਵਿਰਕ ਡਾਕਟਰ ਸਟੱਡ ਫਾਰਮ ਵਾਲੇ, ਜਤਿੰਦਰ ਸਿੰਘ, ਤਿਹਾਲ ਸਿੰਘ ਰੰਗੀ, ਹਰਮਿੰਦਰ ਸੋਨੂ, ਬੇਅੰਤ ਢਿੱਲੋਂ, ਅਸਲਮ ਸੁਹੇਲ, ਅਜੇ ਭੱਟ, ਸਤਨਾਮ ਸਿੰਘ, ਦੋਹਾ ਕਲੇਰ, ਰੂਹਾਂ ਪਿਆਰ ਦੀਆਂ, ਇਕਬਾਲ ਅਟਵਾਲ, ਬਿੰਦਰ ਸੰਧੂ ਸਰਦੂਲੇ ਵਾਲਾ, ਕਰਮਵੀਰ ਅਜਾਹਰ, ਇਕਬਾਲ, ਤਾਰੀ ਗਿੱਲ, ਸ਼ੇਰ ਜੰਗ ਨਾਹਿਲ, ਰਾਜ ਸਿੰਘ, ਬਬਲਾ ਚਾਹਲ, ਬੰਟੀ ਮਾਨ ਭੈਣੀਵਾਲ, ਅਰਬਨ ਪੇਂਡੂ, ਜੀਵਨ ਧਾਲੀਵਾਲ, ਸੁਖਜਿੰਦਰ ਦਿਓਲ, ਦਿਲਬਾਗ ਗਿੱਲ, ਬਾਈ ਸਤਨਾਮ ਸਿੰਘ, ਦਵਿੰਦਰ ਢਿੱਲੋਂ, ਹੀਰ ਹੌਰਸ ਫਾਰਮ। ਬਾਕੀ ਭਰਾ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਵੀਡੀਓ ਦੇ ਵਿੱਚ, ਤੁਹਾਨੂੰ ਅੱਜ ਦੀ ਵੀਡੀਓ 'ਚ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ। ਵੀਡੀਓ ਲਾਸਟ ਤੱਕ ਦੇਖਿਓ, ਚੰਗੀ ਲੱਗੀ ਸ਼ੇਅਰ ਕਰ ਦਿਓ। ਆ ਜਾਓ, ਮਿਲਦੇ ਹਾਂ ਭਰਾਵਾਂ ਨੂੰ, ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਮ ਤੋਂ ਖਾਸ ਚੈਨਲ ਵੇਖ ਰਹੇ ਸਾਰੀ ਸੂਝਵਾਨ ਸਰੋਤਿਆਂ ਦਾ ਇੱਕ ਵਾਰੀ ਤੋਂ ਫਿਰ ਤੁਹਾਡੇ ਆਪਣੇ ਚੈਨਲ 'ਤੇ ਮਾਣ ਸਤਿਕਾਰ ਅਤੇ ਅਦਬ ਨਾਲ ਸਵਾਗਤ ਕਰਦੇ ਹਾਂ। ਅਤੇ ਜੀਆਂ ਆਖਦੇ ਹਾਂ, ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ, ਉਹਨਾਂ ਨੂੰ ਵੀ ਮਾਣ ਸਤਿਕਾਰ ਅਤੇ ਅਦਬ ਨਾਲ ਜੀਆਂ ਆਖਦੇ ਹਾਂ ਅਤੇ ਨਿੱਘਾ ਸਵਾਗਤ ਕਰਦੇ ਹਾਂ। ਸੱਜਣੋ, ਸਟਾਰਟਿੰਗ ਦੇ ਵਿੱਚ ਤੁਹਾਨੂੰ ਬਹੁਤ ਹੀ ਸੋਹਣਾ ਖੂਬਸੂਰਤ ਘੋੜਾ ਇੱਕ ਮੈਂ ਵਿਖਾ ਕੇ ਹਟਿਆ ਸ਼ੂਟਰ ਨਾਂ ਦਾ, ਇੱਕ ਬਾਈ ਹੁਣਾਂ ਦਾ ਹੋਰ ਨੁਕਰਾ ਘੋੜਾ ਵਿਖਾ ਕੇ ਹਟਿਆ, ਯਾਨੀ ਕਿ ਟੋਟਲ 2 ਨੁਕਰੇ ਘੋੜੇ ਵਿਖਾਏ ਨੇ। ਬਾਈ ਦੀਆਂ ਬਹੁਤ ਹੀ ਸੋਹਣੀ ਇੱਕ ਕਾਲੇ ਰੰਗ ਦੀ ਮਾਰਵਾੜੀ ਘੋੜੀ ਵਿਖਾਈ ਹੈ, ਬਹੁਤ ਚੰਗਾ ਤੁਰਦੀ ਹੈ। ਇੱਕ ਬਾਈ ਹੁਣਾਂ ਕੋਲ ਬਛੇਰੀ ਹੈ, ਉਹ ਵਿਖਾਈ ਹੈ, ਅਤੇ ਬਾਕੀ ਕੁਝ ਆਪਾਂ ਰਿਜ਼ਲਟਾਂ ਦੀ ਗੱਲ ਕਰਕੇ ਹਟੇ ਹਾਂ। ਮੈਂ ਗੱਲ ਇੱਥੋਂ ਸਟਾਰਟ ਕਰਦਾ ਹਾਂ ਜੀ ਸੱਜਣੋ, ਕਿ ਆਪਾਂ ਗੱਲ ਕਰਦੇ ਹੁੰਦੇ ਹਾਂ ਸਾਬਤ ਕਰਨ ਦੀ, ਕਿ ਆਪਣੇ ਆਪ ਨੂੰ ਇਨਸਾਨ ਜੇ ਰੁਤਬਾ ਕਰੀਏ ਗੱਲ ਵੀ ਇਨਸਾਨੀ ਦਾਇਰੇ 'ਚ ਆ ਜਾਈਏ, ਅਤੇ ਬੰਦੇ ਨੂੰ ਆਪਣਾ ਆਪ ਸਾਬਤ ਕਰਨ ਦੇ ਵਿੱਚ ਵੀ ਬਹੁਤ ਜੱਦੋਜਹਿਦ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਰਾਤਾਂ ਝੱਕਣੀਆਂ ਪੈਂਦੀਆਂ, ਅਤੇ ਫਿਰ ਕਿਸੇ ਚੀਜ਼ ਨੂੰ ਅਸੀਂ ਸਾਬਤ ਕਰ ਸਕਦੇ ਹਾਂ। ਅਤੇ ਇੱਦਾਂ ਹੀ ਘੋੜਿਆਂ 'ਤੇ ਸੱਜਣੋ ਇਹ ਗੱਲ ਸਾਬਤ ਹੁੰਦੀ ਹੈ। ਇਹ ਘੋੜਾ ਤੁਹਾਨੂੰ ਜਿਹੜਾ ਸ਼ੂਟਰ ਵਿਖਾਇਆ ਹੈ ਨਾ, ਵੱਡੀ ਗੱਲ ਇਹ ਹੈ ਕਿ ਘੋੜੇ ਨੇ ਜਿੰਨੇ ਵੀ ਅੱਜ ਤੱਕ ਬਰੀਡ ਪੈਦਾ ਕੀਤੀ, ਜਿੰਨੇ ਵੀ ਬੱਚੇ ਆਏ, ਚਾਹੇ ਉਹ ਵਛੇਰੀਆਂ ਹੋਣ ਚਾਹੇ ਉਹ ਵਛੇਰੇ ਹੋਣ, ਅਤੇ ਟੋਟਲ ਸਾਰੇ ਸਪੋਟਲੈਸ ਨੇ, ਬਹੁਤ ਖੂਬਸੂਰਤ ਬੱਚੇ ਨੇ, ਮਜ਼ਬੂਤ ਬੱਚੇ ਪੈਦਾ ਕਰ ਰਿਹਾ। ਅਤੇ ਬਾਈ ਹੋਣਾਂ ਨੇ ਇੱਕ ਚੈਲੰਜ ਵੀ ਰੱਖਣਾ ਹੈ, ਇੱਕ ਗੱਲ ਵੀ ਆਪਦੀ ਰੱਖਣੀ ਹੈ, ਮੋਟੀ ਜਿਹੀ ਗੱਲ ਤਾਂ ਇਹ ਹੈ, ਉਹ ਕੀ ਗੱਲ ਹੈ ਰਿਜ਼ਲਟਾਂ ਬਾਰੇ, ਇਹ ਤਾਂ ਆਪਾਂ ਬਾਈ ਹੋਣਾਂ ਤੋਂ ਹੀ ਪੁੱਛਾਂਗੇ। ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਾਈ ਹੋਣਾਂ ਦੇ ਸ਼ੌਂਕ ਬਾਰੇ ਗੱਲਬਾਤ ਕਰਾਂਗੇ, ਘੋੜਿਆਂ ਬਾਰੇ ਗੱਲਬਾਤ ਕਰਾਂਗੇ, ਇਹ ਘੋੜੇ ਦੇ ਬੱਚਿਆਂ ਬਾਰੇ ਗੱਲਬਾਤ ਕਰਾਂਗੇ। ਆਪਾਂ ਪਹੁੰਚੇ ਹਾਂ ਜੀ, ਪਿੰਡ ਹੈ ਜੀ ਮਾਂਗਟਕੇਰ, ਜ਼ਿਲ੍ਹਾ ਹੈ ਜੀ ਸ਼੍ਰੀ ਮੁਕਤਸਰ ਸਾਹਿਬ, ਅਤੇ ਮਾਲਵੇ ਦੀ ਧਰਤੀ ਹੈ।
ਅਤੇ ਸਰਦਾਰ ਆਪਣੇ ਨਾਲ ਬੈਠੇ ਨੇ ਬਾਈ ਲਵਪ੍ਰੀਤ ਦੇ ਦਾਦਾ ਜੀ ਸਰਦਾਰ ਭੋਲਾ ਸਿੰਘ ਜੀ ਬਰਾੜ, ਅਤੇ ਇੱਧਰ ਬੈਠੇ ਨੇ ਬਾਈ ਦੇ ਫਾਦਰ ਸਾਹਿਬ ਸਰਦਾਰ ਸੁਖਮੰਦਰ ਸਿੰਘ ਜੀ ਬਰਾੜ, ਇੱਧਰ ਬਾਈ ਦੇ ਚਾਚਾ ਜੀ ਬੈਠੇ ਨੇ ਕੋਰਨਰ 'ਤੇ ਸਰਦਾਰ ਰਾਮ ਸਿੰਘ ਜੀ ਬਰਾੜ, ਅਤੇ ਮੇਰਾ ਵੱਡਾ ਬਾਈ ਨਾਲ ਬੈਠਾ ਹੈ ਬਾਈ ਲਵਪ੍ਰੀਤ ਸਿੰਘ ਬਰਾੜ। ਅਤੇ ਇਹਨਾਂ ਦੇ ਪਰਿਵਾਰ ਨਾਲ ਅੱਜ ਆਪਾਂ ਮਿਲਣਾ, ਇਹਨਾਂ ਦੀਆਂ ਗੱਲਾਂ ਬਾਤਾਂ ਪੁੱਛਣੀਆਂ, ਅਤੇ ਹੋਰ ਸਾਰੇ ਸੱਜਣ ਮੇਲੀ ਆਏ ਆ, ਵੱਡੀ ਗੱਲਬਾਤ ਹੈ, ਖੁੱਲ੍ਹੀ ਆਉਣੀ ਜਾਣੀ ਹੈ, ਕਿਉਂਕਿ ਘੋੜੀਆਂ ਦੇ ਵਿੱਚ ਉਮਰਾਂ ਲੰਘ ਗਈਆਂ, ਜੱਦੀ ਪੁਸ਼ਤੀ ਸ਼ੌਂਕ ਹੈ। ਸਾਰੀ ਗੱਲਬਾਤ ਕਰਦੇ ਹਾਂ, ਪਹਿਲਾਂ ਕਰਦੇ ਹਾਂ ਭਰਾਵਾਂ ਦਾ ਸਵਾਗਤ, ਫਿਰ ਛੇੜਦੇ ਹਾਂ ਗੱਲਾਂ ਬਾਤਾਂ। ਬਾਈ ਜੀ ਸਾਰਿਆਂ ਦਾ ਹੀ ਆਮ ਤੋਂ ਖਾਸ 'ਤੇ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਸਾਰੇ, ਕਿਵੇਂ ਹੋ? ਓਕੇ ਰਿਪੋਰਟ ਹੈ ਬਹੁਤ ਵਧੀਆ ਯਾਰ। ਮੈਨੂੰ ਲੱਗਦਾ ਢਿੱਲੇ ਆ ਮਗਰਲੇ, ਹਨਾ, ਜਿੰਨਾ ਕੁ ਤੇਰੇ ਘੋੜੇ 'ਚ ਅਗਰੈਸ਼ਨ ਹੈ, ਹਨਾ, ਪੈਰ ਨਹੀਂ ਲੱਗਣ ਦਿੰਦਾ ਇਹਨਾਂ ਦੀ ਆਵਾਜ਼ ਨਹੀਂ ਨਿਕਲਦੀ, ਹਨਾ। ਨਹੀਂ ਇਹ ਤਾਂ ਬਾਈ ਬਾਲੇ ਹੀ ਕੈਮ ਹੈ, ਐਹ ਪੂਰੇ ਕੈਮ ਹੈ, ਵੇਖਣ ਨੂੰ ਢਿੱਲੇ ਲੱਗਦੇ। ਬਾਈ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਹੁਣ ਬਣੀ ਘੋੜੇ ਵਾਲੀ ਗੱਲ। ਅਤੇ ਬਾਈ ਜਿੱਦਾਂ ਮੈਂ ਭਰਾਵਾਂ ਨੂੰ ਦੱਸ ਕੇ ਆ, ਪਹਿਲਾਂ ਆਪਾਂ ਫਰੰਟ ਦੇ ਜਿਹੜੇ ਵੀਰ ਬੈਠੇ ਆ ਨਾ, ਇੰਟਰੋਡਿਊਸ ਕਰਾ ਦਈਏ ਜਿੱਦਾਂ ਮੈਂ ਤੁਹਾਡੇ ਚਾਹੁੰਦਾ ਤੇ ਕਰਾ। ਮੈਂ ਸ਼ੁਰੂ ਕਰਦਾ, ਇਹ ਚਾਚਾ ਜੀ ਨੇ ਮੇਰੇ ਰਾਮ ਸਿੰਘ, ਦਾਦਾ ਜੀ ਨੇ ਸਰਦਾਰ ਭੋਲਾ ਸਿੰਘ ਬਰਾੜ, ਮੇਰਾ ਨਾਮ ਲਵਪ੍ਰੀਤ ਸਿੰਘ ਲਵੀ ਬਰਾੜ, ਇਹ ਮੇਰੇ ਫਾਦਰ ਸਾਹਿਬ ਸੁਖਮੰਦਰ ਸਿੰਘ ਬਰਾੜ ਜੀ, ਉਹ ਬੇਟਾ ਹੈ ਗੁਰਸੀਰਤ, ਅੱਛਾ, ਇਹ ਭਤੀਜਾ ਜੀ, ਠੀਕ ਹੈ, ਉਹ ਆਪਣੇ ਰਿਸ਼ਤੇਦਾਰ ਨੇ ਜੀ, ਉਹ ਬਾਬਾ ਜੀ ਆਤਮਾ ਸਿੰਘ ਮਾਂਗਟ ਜੀ, ਉਹ ਫੁੱਫੜ ਤੁਹਾਡੇ ਪਿੰਡ ਚੋਂ ਫੁੱਫੜ ਜੀ ਨੇ ਜੀ, ਉਹ ਬਾਈ ਸਰਪੰਚ ਸਾਹਿਬ ਬੁੱਟਰਾਂ ਤੋਂ ਬਾਈ ਕਰਮਜੀਤ ਸਿੰਘ ਬਰਾੜ ਜੀ, ਸੰਧੂ ਸਾਹਿਬ, ਬਾਕੀ ਸਾਰੇ ਸੱਜਣ ਬੇਲੀ ਆ, ਹਨਾ, ਜਿਹੜੇ ਔਖੇ ਟਾਈਮ ਤੇ ਸੌਖੇ ਟਾਈਮ ਤੇ ਬਾਵਾਂ ਨਾਲ ਬਾਵਾਂ ਬਣ ਕੇ ਖੜਦੇ। ਦਾਦਾ ਜੀ ਨੇ, ਚਾਚਾ ਦਲੀਪ ਸਿੰਘ ਬਰਾੜ ਜੀ, ਅੱਛਾ, ਵਾਹ ਜੀ, ਚਲੋ ਸਾਰਿਆਂ ਦੇ ਬਾਈ ਜੀ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਦੇ ਆ, ਆਪਣੀ ਬਾਈ ਦੀ ਸ਼ੌਂਕ ਤੋਂ ਗੱਲ ਸਟਾਰਟ ਹੁੰਦੀ ਹੈ ਜੀ ਲਵਪ੍ਰੀਤ ਬਾਈ, ਹਾਂਜੀ ਬਾਈ, ਸ਼ੌਂਕ ਬਾਰੇ ਗੱਲ ਕਰੀਏ ਵੀ ਕਿੰਨਾ ਕੁ ਪੁਰਾਣਾ ਸ਼ੌਂਕ ਹੈ, ਕਿੰਨਾ ਕੁ ਟਾਈਮ ਹੋ ਗਿਆ ਘੋੜਿਆਂ 'ਚ ਐਂਟਰੀ? ਬਾਈ ਬਹੁਤ ਜ਼ਿਆਦਾ ਹੀ ਪੁਰਾਣਾ ਹੈ ਨਾ ਮੇਰੇ, ਪਹਿਲਾਂ ਤਾਂ ਚੱਲ ਹੁਣ ਮੈਂ ਰੱਖਣ ਲੱਗਿਆ, ਪਹਿਲਾਂ ਸਾਡੇ ਪੜਦਾਦਾ ਜੀ ਸਰਦਾਰ ਗੁਰਦਿੱਤ ਸਿੰਘ ਅਮਿਤ ਸਿੰਘ ਬਰਾੜ ਹੁੰਦੇ ਸੀ ਜੀ, ਪਾਕਿਸਤਾਨ ਤੋਂ ਆਏ ਹਨ, ਉਦੋਂ ਤੋਂ ਹੀ ਘੋੜੇ ਰੱਖਦੇ ਹਾਂ, ਠੀਕ ਹੈ, ਉਦੋਂ ਬਾਅਦ ਦਾਦਾ ਜੀ ਨੂੰ ਸ਼ੌਂਕ ਪੈ ਗਿਆ, ਚਾਚਾ ਜੀ ਅਰਗਣ ਪੈ ਗਿਆ, ਡੈਡੀ ਨੂੰ ਪੈ ਗਿਆ, ਉਦੋਂ ਬਾਅਦ ਮੈਂ ਰੱਖਣ ਲੱਗ ਪਿਆ, ਠੀਕ ਹੈ, ਬਹੁਤ ਪੁਰਾਣਾ ਸ਼ੌਂਕ ਹੈ ਮੇਰਾ ਖਿਆਲ ਹੈ, ਪੜਦਾਦੇ ਤੋਂ ਲੈ ਕੇ ਹੁਣ ਤੱਕ ਸਾਡੇ ਘਰੇ ਸਿਰਫ ਇੱਕ ਸਾਲ ਘੋੜੀਆਂ ਗਾਇਬ ਰਹੀਆਂ, ਉਹ ਵੀ ਦੋ ਘੋੜੀਆਂ ਮਰ ਗਈਆਂ ਸੀ, ਉਹ ਤਾਂ ਗਾਇਬ ਰਹੀਆਂ ਨਹੀਂ ਜੀ, ਅੱਜ ਤੱਕ ਆਪਣੇ ਘਰੋਂ ਕਦੇ ਘੋੜੀ ਗਾਇਬ ਨਹੀਂ ਹੋਈ, ਦੋ ਚਾਰ ਪੰਜ ਚਿੰਨੀਆਂ ਹੈਗੀਆਂ ਹੁੰਦੀਆਂ ਹੀ ਇਹ ਮੁਕਤਸਰ ਏਰੀਆ, ਉਵੇਂ ਵੀ ਲਵੀ ਬਾਈ ਇੱਧਰ ਜੇ ਕਹਿ ਦਈਏ ਵੀ ਪੰਜਾਬ ਦਾ ਕੀ, ਮੈਨੂੰ ਲੱਗਦਾ ਹੈ ਕਿ ਜੇ ਇੰਡੀਆ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਕਿਤੇ ਘੋੜੇ ਆ ਤਾਂ ਉਹ ਮੁਕਤਸਰ ਦੀ ਧਰਤੀ ਹੈ, ਹੈ ਨਾ, ਇਸ ਗੱਲੋਂ ਵੀ ਇਹ ਧਰਤੀ ਭਾਗਾ ਵਾਲੀ ਹੈ ਵੀ ਇਹਨੇ ਦੇਵਤੇ ਘੋੜਿਆਂ ਦੀ ਤੁਸੀਂ ਸੇਵਾ ਕਰਨ 'ਚ ਵਿਸ਼ਵਾਸ ਰੱਖਦੇ ਆ, ਹੈ ਨਾ, ਅਤੇ ਬਹੁਤ ਵਧੀਆ ਗੱਲ ਹੈ ਸੱਜਣੋ। ਉੱਧਰ ਸਾਡੇ ਮਾਝੇ ਖੇਤਰ 'ਚ ਵੀ ਬਹੁਤ ਸੋਹਣੇ ਘੋੜੇ ਗਏ ਆ, ਅਤੇ ਮਾਲਵੇ ਵਾਲੇ ਤਾਂ ਘੋੜਿਆਂ ਦੇ ਸਿਲਸਿਲੇ 'ਚ ਇੱਕ ਨੰਬਰ 'ਤੇ ਹੀ ਰਹੇ ਆ। ਹੁਣ ਬਾਈ ਆਪਾਂ ਗੱਲ ਕਰਦੇ ਹਾਂ ਆਪਣੇ ਸ਼ੂਟਰ ਘੋੜੇ ਦੀ, ਇਹਦੇ ਬਾਰੇ ਭੇਦ ਖੋਲੀਏ, ਕਿਹੜੇ ਘੋੜੇ ਦਾ ਪੁੱਤ ਹੈ ਜੀ? ਸ਼ੂਟਰ ਘੋੜਾ ਵੀਰੇ ਮਿੰਟੂ ਵਾਲੀ ਲਾਈਨ 'ਚੋਂ ਹੈ, ਬਾਈ ਸਮਿਤ ਪਾਲ ਹੋਰਿਆਂ ਕੋਲ, ਭਲਵਾਨ ਵਰਗਿਆਂ ਕੋਲ ਘੋੜਾ ਸਮੁੰਦਰ ਜੀ, ਉਹਦਾ ਬੱਚਾ ਹੈ, ਠੀਕ ਹੈ। ਬਾਕੀ ਨਾਂ ਬੜਾ ਸੋਹਣਾ, ਨਾਂ ਕਿਹਨੇ ਰੱਖਿਆ ਬਾਈ ਇਹਦਾ? ਨਾਂ ਬੇਟੇ ਨੇ ਰੱਖਿਆ। ਅੱਛਾ, ਬੇਟੇ ਨੇ ਰੱਖਿਆ ਸੀ, ਜੇ ਉਹ ਇਹਦੇ ਨਾਂ ਦੇ ਵਿੱਚ ਸੀ ਨਾ, ਇੱਕ ਕਹਿੰਦੇ ਨੇ ਵੀ ਇਹਨੇ ਮਸੂਮੀਅਤ ਜੀ ਨਾਲ ਨਾਂ ਰੱਖ ਲਿਆ, ਹਨਾ, ਤੇ ਉਹ ਚੀਜ਼ ਪਰਮਾਤਮਾ ਦੇ ਹੁੰਦੇ ਵੀ ਭੋਲੇ ਬੰਦਿਆਂ ਦੀ ਛੇਤੀ ਸੁਣਦਾ, ਹਾਂਜੀ, ਉਹ ਚੀਜ਼ ਵਾਹਿਗੁਰੂ ਨੇ ਇਹਦੇ ਵਿੱਚ ਭਰਤੀ, ਜੇ ਸ਼ੂਟਰ ਨਾ ਹੈ ਨਾ ਤੇ ਉਹ ਅਗਰੈਸ਼ਨ ਵੀ ਇਹਦੇ ਚ ਦੀਦਾ ਹੈ ਨਾ, ਘੋੜਾ ਗਰਮ ਹੈ ਪੂਰਾ, ਚੰਗਾ ਘੋੜਾ ਹੈ ਨਾ ਜੀ, ਤੇ ਜੋ ਭਾਈ ਸਮੁੰਦਰ ਦਾ ਬੱਚਾ ਹੈ, ਠੀਕ ਹੈ, ਮਾਂ ਵੀ ਨੁਕਰੀ ਘੋੜੀ ਹੈ, ਕੱਦ ਕਾਟ 66 ਪਲੱਸ ਹੈ ਬਾਈ, ਕੋਈ ਘੱਟ ਨਹੀਂ ਹੈਗਾ, ਇਹ ਆਪਣੇ ਘੋੜੇ ਦਾ 66 ਪਲੱਸ, 66 ਤੋਂ ਪਲੱਸ ਹੈ, ਕੋਈ ਘੱਟ ਨਹੀਂ ਹੈਗਾ, ਪਲੱਸ ਜਿੰਨਾ ਵੀ ਹੋਵੇ ਆਪਾਂ ਜੇ ਆਊਗਾ ਕੋਈ ਦੇਖੂਗਾ ਪਤਾ ਲੱਗ ਜੂਗਾ, ਹਨਾ, ਕੋਈ ਇਹ ਨਹੀਂ 66 ਮਤਲਬ 66, ਠੀਕ ਹੈ, ਉਦੋਂ ਪਲੱਸ ਕਿੰਨਾ 67 ਵੀ ਕਹਿ ਸਕਦੇ ਆਪਾਂ, 65 ਵੀ ਕਹਿ ਸਕਦੇ ਹਾਂ, ਠੀਕ ਹੈ, ਉਹਦੀ ਮਾਂ ਵੀ ਚੰਗੀ ਘੋੜੀ ਹੈ, ਨੌਕਰੀ ਘੋੜੀ ਤੋਂ ਲਿਆ ਬੱਚਾ ਜਿਹਦਾ ਹੈ, ਠੀਕ ਹੈ, ਉਹਦੇ ਲਗਭਗ ਜਿੰਨੇ ਵੀ ਅੱਜ ਤੱਕ ਬੱਚੇ ਨੌਕਰੀ ਆਏ ਆ ਬਾਈ, ਸਾਰੇ ਹੀ ਨੌਕਰੀ ਆਏ ਆ ਜੀ, ਕੋਈ ਭੌਰੀਆਂ ਦਾ ਅੱਜ ਤੱਕ ਬੱਚਾ ਗਲਤ ਨਹੀਂ ਆਇਆ, ਕੋਈ ਅੱਖਾਂ ਦਾ ਗਲਤ ਨਹੀਂ ਆਇਆ, ਲਗਭਗ A to Z ਸਾਰੇ ਨੌਕਰੀ ਬੱਚੇ ਆਏ ਆ। ਬੱਚਿਆਂ ਬਾਰੇ ਵੀ ਬਾਈ ਲਵੀ ਤੁਹਾਡੀ ਗੱਲ ਰੁਕਦੀ, ਆਪਾਂ ਬੱਚਿਆਂ ਬਾਰੇ ਵੀ ਸਪੈਸ਼ਲ ਗੱਲਬਾਤ ਆਪਾਂ ਉੱਧਰ ਹੀ ਰੱਖਾਂਗੇ ਕੰਮ, ਪਹਿਲਾਂ ਦੀ ਮਾਂ ਦੇ ਖਾਨਦਾਨ ਬਾਰੇ ਥੋੜੇ ਜਿਹਾ ਦੱਸ ਦਈਏ ਆਪਾਂ ਭਰਾਵਾਂ। ਨਹੀਂ, ਆਪਾਂ ਨੂੰ ਮਾਂ ਦਾ ਖਾਨਦਾਨ ਨਹੀਂ, ਮੇਰੇ ਪਤਾ ਹੈ ਨੌਕਰੀ ਸੀ, ਇੰਨਾ ਪਤਾ, ਨੌਕਰੀ ਘੋੜੀ ਸੀ, ਨੌਕਰੀ ਘੋੜੀ ਦਾ ਬੱਚਾ ਹੈ, ਉਹ ਆਪਣੇ ਕੋਲੇ ਸੀ ਕਿ ਜਾਂ? ਨਹੀਂ, ਉਹ ਆਪਾਂ ਲਿਆ ਸੀ ਖਰੀਦਿਆ। ਅੱਛਾ, ਇਹ ਬੱਚਾ ਖਰੀਦਿਆ ਸੀ, ਕਿੰਨੇ ਟਾਈਮ ਦਾ ਸੀਗਾ ਜੀ ਘੋੜਾ? ਲਗਭਗ ਵੀਰੇ ਸੀਗਾ 6.5 ਮਹੀਨੇ ਦਾ ਸੀ ਜਦੋਂ ਖਰੀਦਿਆ। ਅੱਛਾ, ਛੋਟਾ ਬੱਚਾ ਹੀ ਰਿਹਾ ਸੀ, ਬੱਚਾ ਖਰੀਦਿਆ ਸੀ, ਉਹ ਖਰੀਦਣ ਦਾ ਕਾਰਨ ਵੀਰੇ ਇਹ ਬਣ ਗਿਆ, ਆਪਣੇ ਕੋਲ ਇੱਕ ਜਿਹੜਾ ਦੂਜਾ ਘੋੜਾ ਉਹ ਪ੍ਰਿੰਸ ਦਾ ਹੈ ਨਾ ਜੀ, ਤੇ ਸਰ ਮੇਰੇ ਕੋਲ 2 ਬੱਚੇ ਪੈਦਾ ਹੋਏ ਸੀ, ਦੋਨੇ ਪ੍ਰਿੰਸ ਦੇ ਸੀ ਉਹ, ਵਾਹ ਜੀ, ਠੀਕ ਹੈ, ਉਹ ਮੈਂ ਸੋਚਿਆ ਫਿਰ ਮੈਂ ਕਿਹਾ ਵੀ ਇੱਕੋ ਲਾਈਨ ਦੇ 2 ਘੋੜੇ ਰੱਖੇ ਸੈੱਟ ਨਹੀਂ, ਹੈ ਨਾ ਜੀ, ਉਹ ਫਿਰ ਮੈਂ ਇੱਕ ਵਛੇਰਾ ਪ੍ਰਿੰਸ ਦਾ ਵੇਚ ਕੇ ਇਹ ਬਾਈ ਸਿਮਰੇ ਭਲਵਾਨ ਵਾਲੇ ਘੋੜੇ ਦਾ ਜੀ ਰੱਖ ਲਿਆ ਸੀ, ਵਾਹ ਜੀ, ਠੀਕ ਹੈ, ਮੈਂ ਕਿਹਾ ਵੀ 2 ਲੈਣਾ ਹੋ ਜਾਣਗੀਆਂ ਅਲੱਗ ਅਲੱਗ, ਅਤੇ ਇੱਕ ਪ੍ਰਿੰਸ ਦਾ ਬਾਈ ਜੀ, ਇੱਕ ਸਮੁੰਦਰ ਦਾ। ਅਤੇ ਹੁਣ ਸਵਾਦ ਆਉਂਦਾ ਬਾਈ ਮੰਡੀ ਮੁੰਡੀ 'ਚ ਲੈ ਕੇ ਜਾਂਦੇ ਹੋ ਇਹਨੂੰ? ਬਾਈ ਮੰਡੀਆਂ ਜਿਹੜੇ ਆਪਣੇ ਨੇੜੇ ਮੁਕਤਸਰ ਲੱਗਦੀ ਹੈ, ਹੈ ਨਾ, ਜੀ, ਉੱਥੇ
ਤੇ ਹਲੇ ਤੱਕ ਮੁਕਸਰ ਮੰਡੀ ਅਜੇ ਉਮਰ ਵੀ ਕੁਛ ਨਹੀਂ ਹੈ ਹਨਾ ਨਵੀਂ ਉਮਰ ਦੇ ਘੋੜੇ ਬਿਲਕੁਲ ਇਹਦੀਆਂ ਬਾਈ ਜੀ ਲਗਭਗ ਇਹਦੇ ਤੋਂ ਸਾਲ 90-95 ਘੋੜੀਆਂ ਮਿਲੀਆਂ ਸੀ ਅੱਛਾ 40 ਘੋੜੀਆਂ ਸੂਪੀਆਂ ਸਾਰੀਆਂ ਘੋੜੀਆਂ ਮਗਰ ਬੱਚੇ ਨੂੰ ਕਰੀਆਂ ਵਾਹ ਜੀ ਹੁਣ ਬੱਚਿਆਂ ਦੇ ਆ ਜੀ ਆਪਾਂ ਹੁਣ ਖੁੱਲ ਜੀਏ ਥੋੜਾ ਪਰ ਫੋਟਵਾ ਵੀਰ ਨੇ ਮੈਨੂੰ ਬਹੁਤ ਦੇਤੀਆਂ ਬਾਈ ਨੇ ਦਿਖਾਈਆਂ ਵੀ ਜਦੋਂ ਬਾਈ ਨੇ ਮੇਰੇ ਨਾਲ ਗੱਲਬਾਤ ਹੋਣੀ ਸ਼ੁਰੂ ਹੋਈ ਉਦੋਂ ਵੀ ਵੀਰ ਦੇ ਮੈਂ ਵੀ ਇਸ ਚੀਜ਼ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਯਾਰ ਇੰਨੇ ਬੱਚੇ ਆਉਣੇ ਅਤੇ ਆਉਣੇ ਵੀ ਸਾਰੇ ਨੁਕਰੇ ਅਤੇ ਘੋੜੇ ਨੇ ਬਾਈ ਵਾਕਿਆ ਫਿਰ ਗੱਲ ਉਹ ਸਟਾਰਟਿੰਗ ਵਾਲੀ ਆ ਗਈ ਤੀ ਸਾਬਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਇਹ ਤੁਹਾਡੇ ਕਰਮ ਹੈ ਤੁਹਾਡੀ ਸੇਵਾ ਜੀ ਬਾਈ ਕਰਮ ਵੀ ਹੈ ਇੱਕ ਨਾ ਜੋ ਸਮੁੰਦਰ ਘੋੜਾ ਆਪਾਂ ਉਹਨੇ ਇੱਕ ਵਰਦਾਨ ਮਿਲਿਆ ਵਾਹ ਜੀ ਠੀਕ ਹੈ ਜਿਹਦਾ ਬੱਚਾ ਵੀ ਉਹਦਾ ਤਾਂ ਘੋੜਾ ਪੰਜਾਬ ਨੂੰ ਬਹੁਤ ਕੁਛ ਦੇ ਕੇ ਗਿਆ ਉਹ ਬਹੁਤ ਕੁਛ ਦੇਊਗਾ ਠੀਕ ਹੈ ਵੀ ਉਹ ਘੋੜੇ ਦਾ ਬਲੱਡ ਹੈ ਬਾਈ ਜੀ ਬੱਚੇ ਤਾਂ ਬਾਈ ਚੰਗੇ ਆਉਣੇ ਹੀ ਆਉਣੇ ਆ ਹਨਾ ਜੀ ਚੰਗੇ ਬੱਚੇ ਜਿੰਨੇ ਵੀ ਬੱਚੇ ਆਏ ਚੰਗੇ ਆਏ ਆ ਜਿੰਨੀਆਂ ਬਾਈ ਮੈਂ ਤੁਹਾਨੂੰ ਫੋਟੋਆਂ ਦਿੱਤੀਆਂ ਕੋਈ ਸੱਜਣ ਭਰਾ ਨੇ ਜੇ ਕਿਸੇ ਨੇ ਪੁੱਛਣਾ ਮੈਨੂੰ ਫੋਨ ਕਰਕੇ ਪੁੱਛ ਲਏ ਬਈ ਫਲਾਨਾ ਬੱਚਾ ਕਿੱਥੇ ਖੜਾ ਆਪਾਂ ਬੱਚੇ ਦਾ ਪਿੰਡ ਵੀ ਦੱਸ ਦਾਂਗੇ ਮਾਲਕਾਂ ਦਾ ਨਾਂ ਵੀ ਦੱਸ ਦਾਂਗੇ ਫੋਨ ਨੰਬਰ ਵੀ ਦੇ ਦਾਂਗੇ ਜੇ ਕਿਸੇ ਨੇ ਤਸੱਲੀ ਕਰਨੀ ਵਾਲਾ ਉਹਦੀ ਤਸੱਲੀ ਕਰ ਲਏ ਜੀ ਇੱਕ ਗੱਲ ਤੁਸੀਂ ਮੈਨੂੰ ਆਫ ਕੈਮਰਾ ਵੀ ਕਹਿ ਰਹੇ ਸੀ ਵੀ ਆਪਾਂ ਬੱਚਿਆਂ ਬਾਰੇ ਵੀ ਕੋਈ ਗੱਲ ਵੀ ਰੱਖਣੀ ਹੈ ਉਹ ਵੀ ਮਾੜਾ ਜਿਹਾ ਦੱਸ ਗੱਲ ਬਈ ਇਹ ਹੈ ਵੀ ਹਲੇ ਤੀਕਰ ਜੀ ਆਪਾਂ ਨੂੰ ਕੋਈ ਬੰਦੇ ਆਪਾਂ ਵੀਡੀਓ ਸ਼ੂਟ ਅੱਜ ਆ ਟਾਈਮ ਵੀ ਦੱਸ ਦਈਏ ਤਰੀਕ ਵੀ ਦੱਸ ਦਈਏ ਹਾਂ ਅੱਜ ਬਈ ਤਰੀਕ ਹੋ ਗਈ 13 ਦਸੰਬਰ ਠੀਕ ਹੈ 13 ਦਸੰਬਰ 2023 ਬੁੱਧਵਾਰ ਦਾ ਦਿਨ ਹਾਲੇ ਤਿਕਰ ਆਪਾਂ ਨੂੰ ਕਿਸੇ ਵੀ ਬੰਦੇ ਨੇ ਅੱਜ ਤੱਕ ਆ ਕੇ ਇਹ ਨਹੀਂ ਕਿਹਾ ਵੀ ਬਾਈ ਤੇਰੇ ਘੋੜੇ ਦਾ ਸਾਡੀ ਘੋੜੀ ਮਗਰ ਚੰਬਾ ਬੱਚਾ ਆਇਆ ਜਾਂ ਕੋਈ ਭੌਰੀਆਂ ਦਾ ਖਰਾਬ ਬੱਚਾ ਆਇਆ ਜਾਂ ਕੋਈ ਅੱਖਾਂ ਦਾ ਖਰਾਬ ਬੱਚਾ ਆਇਆ ਠੀਕ ਹੈ ਬਾਈ ਜੀ ਮਾਰਵਾੜੀ ਘੋੜੀਆਂ ਮਗਰ ਆ ਬਾਈ ਹਰਪ੍ਰੀਤ ਬੈਠਾ ਜੀ ਇਹਦੇ ਘੋੜੀ ਕੋਲ ਮਾਰਵਾੜੀ ਘੋੜੀ ਹੈ ਉਹਦੇ ਮਗਰ ਨੁਕਰੀ ਵਿਸ਼ੇਰੀ ਸੀ ਪਿਛਲੀ ਵਾਰ ਬਹੁਤ ਆਪਣੇ ਕੋਲੇ ਵੀ ਇੱਕ ਹੈਗੀ ਹੈ ਨਾ ਮਾਰਵਾੜੀ ਦੀ ਨੁਕਰੀ ਵਿਸ਼ੇਰੀ ਸੀ ਐਂਤਕੀ ਉਹ ਘੋੜੀ ਦਾ 6 ਮਹੀਨੇ ਦਾ ਮਿਸਕੈਰਜ ਹੋ ਗਿਆ ਐਂਤਕੀ ਫਿਰ ਉਹਦੇ ਮਗਰ ਨੁਕਰੀ ਬਚੀ ਹੋਈ ਸੀ ਇੱਕ ਥੈਰੋ ਘੋੜੀ ਸੂਈ ਆ ਬਾਈ ਸਰਪੰਚ ਅਰਗਿਆਂ ਦਾ ਮਿੱਤਰ ਜਾਣਕਾਰ ਬੰਦਾ ਸੀ ਜੀ ਹੈ ਨਾ ਉਹ ਸਿੰਧੀ ਅਤੇ ਥੈਰੋ ਮੈਕਸ ਘੋੜੀ ਸੀ ਉਹਦੇ ਮਗਰ ਵੀ ਵਿਲਚਾ ਨੁਕਰਿਆ ਬਾਈ ਬਿਲਕੁਲ ਸਪੋਟਲੈਸ ਹੈ ਬਹੁਤ ਜ਼ਿਆਦਾ ਕੰਨਾਂ ਦਾ ਚੰਗਾ ਹੈ ਜੀ ਹਾਂਜੀ ਬਾਈ ਅਤੇ ਹੁਣ ਜਿਹੜਾ ਆਪਣੇ ਘਰੇ ਵੀ ਇੱਕ ਬਾਈ ਬੱਚੀ ਆ ਉਹ ਵੀ ਮਾਰਵਾੜੀ ਦੀ ਹੈ ਨਾ ਉਹ ਵੀ ਬੜਾ ਗੁੰਦਵੇ ਸਰੀਰ ਦੀ ਘੋੜੀ ਦੀ ਆ ਬਾਈ ਠੀਕ ਹੈ ਬੱਚੀ ਉਹਨਾਂ ਥੋੜ੍ਹੀ ਜਿਹੀ ਹਾਲੇ ਪਹਿਲਾਂ ਟਾਈਮ ਤੋਂ ਪਹਿਲਾਂ ਸੂਪੀ ਸੀ ਲਗਭਗ 25-26 ਦਿਨ ਅੱਛਾ ਅਤੇ ਪਰ ਉਸ ਹਿਸਾਬ ਨਾਲ ਬੱਚੀ ਬਹੁਤ ਗੁੱਡ ਬੱਚੀ ਦਾ ਸਰੀਰ ਤਾਂ ਬੜਾ ਗੁੰਦਵਾ ਹੈ ਨਾ ਹਾਂਜੀ ਆਪਾਂ ਨੂੰ ਆਪਾਂ ਤਾਂ ਸਹੀ 5 ਤਰੀਕ ਦਾ ਵੀਰੇ ਉਹਦਾ ਬਰਥ ਆ ਜਿਹੜੀ ਆ 5 ਲੰਘ ਚੁੱਕੀ ਹੈ ਜੇ ਆਪਾਂ ਇਹਨੂੰ ਉਹ 23-27 ਦਿਨ ਗਿਣੀਏ ਤਾਂ ਮੇਰਾ ਖਿਆਲ ਆ ਵੀ ਅੱਜ ਉਹ 8 ਦਿਨ ਦੀ ਬਣਦੀ ਹੈ ਕਿਉਂਕਿ ਹਜੇ ਤਾਂ ਬਾਈ ਮਦਰ ਫੀਡ ਤੇ ਹੀ ਹੈ ਇਕੱਲੀ ਤੇ ਹੋਰ ਆਪਾਂ ਬਾਹਰ ਤੋਂ ਕੁਝ ਦੇ ਹੀ ਨਹੀਂ ਸਕਦੇ ਡਿਜੀਟਲ ਬਿਲਕੁਲ ਬਿਲਕੁਲ ਜੀ 8 ਦਿਨ ਦੀ ਗੱਲ ਨੂੰ ਭਲਾ ਵੀ ਮਹੀਨੇ ਦੀ ਗੱਲ ਨੂੰ ਪਰ ਬੱਚੀ ਬਹੁਤ ਸਿਹਤਮੰਦ ਹੈ ਜੀ ਬਾਕੀ ਸੱਜਰੋ ਤੁਹਾਨੂੰ ਰਿਜ਼ਲਟਾਂ ਤੇ ਮੈਂ ਝਾਂਤ ਮਰਵਾਈ ਜਾਂਦਾ ਘੋੜੇ ਤੇ ਝਾਂਤ ਮਰਵਾਈ ਜਾਂਦਾ ਤੇ ਹੁਣ ਗੱਲ ਇਹ ਆਉਂਦੀ ਹੈ ਵੀ ਜੇ ਤੁਹਾਡੇ ਕਿਸੇ ਵੀ ਭਰਾ ਕੋਲੇ ਭਾਵੇਂ ਕੋਈ ਲਾਲ ਘੋੜੀ ਖੜੀ ਹੈ ਭਾਵੇਂ ਕੋਈ ਕਾਲੀ ਖੜੀ ਹੈ ਤੇ ਜੇ ਨੁਕਰੀ ਖੜੀ ਹੈ ਤੇ ਸਾਰੇ ਤਰ੍ਹਾਂ ਦੀਆਂ ਘੋੜੀਆਂ ਤੋਂ ਹੀ ਇਹ ਘੋੜੇ ਦੇ ਹਿੱਕ ਠੋਕ ਕੇ ਬਾਈ ਜੀ ਹੁਣੀ ਕਹਿ ਰਹੇ ਆ ਵੀ ਭਾਈ ਸਾਡੇ ਨੁਕਰਾ ਹੀ ਸੁਣਦਾ ਹੈ ਤੇ ਉਹ ਚੀਜ਼ ਦਾ ਇਹਨਾਂ ਤੋਂ ਪ੍ਰਮਾਣ ਵੀ ਦਿੱਤਾ ਤੇ ਤੁਹਾਡੇ ਸਾਹਮਣੇ ਜਿਹੜਾ ਸਬੂਤ ਅਸੀਂ ਰੱਖਤਾ ਜੀ ਤੇ ਬਾਕੀ ਤੁਸੀਂ ਬਰੀਡ ਕਰਵਾਉਣਾ ਚਾਹੁੰਦੇ ਹੋ ਇਸ ਘੋੜੇ ਸ਼ੂਟਰ ਤੋਂ ਤੇ ਸਮੁੰਦਰ ਦਾ ਪੁੱਤ ਹੈ ਹਾਈਟ ਅਤੇ ਉਮਰ ਵੀਰ ਨੇ ਦੱਸਤੀ ਮਾਂ ਵਾਲੇ ਪਾਸਿਓਂ ਖਾਨਦਾਨ ਦੱਸਤਾ ਵੀ ਭਾਈ ਸਾਨੂੰ ਮਾਂ ਬਾਰੇ ਨਹੀਂ ਹੈ ਨਾ ਨੌਲੇਜ ਵੀ ਕਿਹੜੀ ਸੀ ਪਰ ਹੈ ਨੁਕਰੀ ਘੋੜੀ ਹੈ ਚੰਗੀ 63-64 ਇੰਚ ਦੀ ਘੋੜੀ ਸੀਗੀ ਮੈਂ ਕਹਿ ਸਕਦਾ ਮੋਟਾ ਮੋਟਾ ਵੀ ਜੇ ਸਮੁੰਦਰ ਲੇਜੈਂਡ ਹੈ ਨਾ ਸਮੁੰਦਰ ਨੇ ਦੁਨੀਆਂ ਤੇ ਨਾਂ ਕਮਾਇਆ ਤੇ ਇਹ ਘੋੜੇ ਨੇ ਵੀ ਕਸਰ ਨਹੀਂ ਛੱਡੀ ਬੱਚਿਆਂ ਵਾਲੇ ਪਾਸੇ ਵੀ ਰੌਲਾ ਬਾਈ ਉਹ ਸਮੁੰਦਰ ਦਾ ਹੀ ਬਲੱਡ ਆ ਨਾ ਉਹ ਤਾਂ ਇੱਕ ਮੈਂ ਵਾਰ ਵਾਰ ਕਹਿੰਦੇ ਆਪਾਂ ਚੰਗੇ ਲੈਂਦੇ ਵੀ ਉਹ ਤਾਂ ਇੱਕ ਵਰਦਾਨ ਸਾਬਤ ਹੋਇਆ ਸੀ ਸਮੁੰਦਰ ਹੋ ਗਿਆ ਘੋੜਾ ਹਨਾ ਜਾਂ ਇੱਕ ਡੋੜਾ ਵਾਲਾ ਪ੍ਰਿੰਸ ਹੋ ਗਿਆ ਠੀਕ ਹੈ ਚੰਗੇ ਚੰਗੇ ਘੋੜੇ ਨੇ ਉਹਨਾਂ ਨੇ ਬਹੁਤ ਚੰਗੇ ਬੱਚੇ ਦਿੱਤੇ ਆ ਬਹੁਤ ਚੰਗੇ ਬੱਚੇ ਦਿੱਤੇ ਆ ਪੰਜਾਬ ਨੂੰ ਜਿਹੜੇ ਕਿ ਪੰਜਾਬ ਦਾ ਸਾਰੇ ਦਾ ਹੀ ਚੰਗਾ ਉਹਦੇ 'ਚ ਲੈ ਵੀ ਸੱਜਣੋ ਬਰੀਡ ਤੁਸੀਂ ਪੈਦਾ ਕਰਾਉਣ ਲਈ ਭਰਾ ਦਾ ਨੰਬਰ ਮੈਂ ਨਾਲ ਦਿੱਤਾ ਵੀਡੀਓ ਦੇ ਵਿੱਚ ਅਤੇ ਦਿਲ ਖੋਲ੍ਹ ਕੇ ਸੰਪਰਕ ਕਰ ਲਿਓ ਫੀਸ ਆਪਾਂ ਬਾਈ ਲਵ ਤੋਂ ਪੁੱਛ ਲੈਂਦੇ ਹਾਂ ਅੱਛਾ ਲਵੀ ਬਾਈ ਕਿੰਨੀ ਸੇਵਾ ਲੈ ਰਹੇ ਇਸ ਟਾਈਮ ਦੀ ਫੀਸ ਵੀਰੇ 21,000 ਰੁਪਏ 21,000 ਰੁਪਏ ਅਤੇ ਜੇ ਕੋਈ ਦੂਰੋਂ ਨੇੜੇ ਆਉਂਦਾ ਮੰਨ ਲਓ ਕੋਈ ਮਾਨਤਾਨ ਹੋ ਜੂ ਵੀਰੇ ਗੱਲ ਇਹ ਹੈ ਵੀ ਨੀਰਾਪੁਰਾ ਫੀਸ ਵੀ ਨਹੀਂ ਹੈ ਹਨਾ ਉਹ ਬੰਦਾ ਦੇਖਿਆ ਜਾਂਦਾ ਵੀਰੇ ਜੀ ਵੀ ਆਪਣੇ ਨਾਲ ਥੋੜੀ ਜੀ ਨਾ ਇਨਸਾਫੀ ਹੋਈ ਹੈ ਵੀ ਆਪਣੇ ਘੋੜੇ ਦੇ ਬੱਚੇ ਕਈਆਂ ਨੇ ਹੋਰ ਘੋੜੇ ਨੇ ਕਹਿ ਕੇ ਅੱਛਾ ਹਨਾ ਇਹ ਮਾੜੀ ਗੱਲ ਹੈ ਹਨਾ ਮਾੜੀ ਗੱਲ ਹੈ ਵੀ ਉਹ ਤਾਂ ਹੈ ਥੋੜਾ ਨਹੀਂ ਫੀਸ ਦਾ ਕੋਈ ਗੱਲ ਨਹੀਂ ਕੋਈ ਬਾਹਲਾ ਨਹੀਂ ਹੋਣਾ ਬੰਦੇ ਦਾ ਮਾਨਤਾਨ ਜ਼ਰੂਰ ਮਾਨਤਾਨ ਜ਼ਰੂਰ ਜੇ ਕੋਈ ਬਾਹਲਾ ਕਵੇ ਬਾਹਲਾ ਨਹੀਂ ਵੀਰੇ ਕੋਈ ਬਾਕੀ ਇੱਕ ਗੱਲ ਹੋਰ ਹੈ ਬੱਚੇ ਆਉਣ ਦਾ ਕਾਰਨ ਵੀ ਇਹ ਬਈ ਕੋਈ ਮਾਣ ਹੰਕਾਰ ਨਹੀਂ ਹੈਗਾ ਬਿਲਕੁਲ ਬਿਲਕੁਲ ਵੀ ਉਹ ਦੇਣ ਵਾਲਾ ਪਰਮਾਤਮਾ ਹੈ ਜਿਹੜਾ ਦੇਣਾ ਜਾਣਦਾ ਉਹ ਲੈਣਾ ਜਾਣਦਾ ਹੈ ਉਹੀ ਗੱਲ ਆਪਾਂ ਕਰਕੇ ਹਟਿਆ ਵੀ ਅੱਜ ਜਿਹੜੀ ਹੈ
13 दसंबर हो गई तेकर बई बच्चे साफ आ वाहगुरु सचे पातशाह परमात्मा हंकार ना करे ऐदा ही कृपा बनाई रखे ऐदा ही आउंदे रहन हना ते नहीं जो देना ए नीतां नूं मुरादा है मोटी गल ए है जे तुसी साफ नीत नाल साफ सुथरा काम करदे हो किसे दे घोड़े नूं निंददे नहीं माड़ा नहीं कहंदे ते ओह नेड़े हो के सुणदा ओही ते कहंदा जिहड़ा बई पट्ठे पाउंदा सामदा तुहानूं मनूं सामदा अज कल दा टाइम है घोड़ा 500 रुपया खांदा बई जी ते जिहड़ा सामदा अपने कोले की हक है बई किसे नूं माड़ा कहदा ओहदा ते हीरा है बई भावें खड़ा है ओहदे घरे हर इंसान दा बजट है हर इंसान दी जेब है कोई 50,000 ਦੀ ਘੋੜੀ ਲੈਂਦਾ ਕੋਈ 50 ਲੱਖ ਦੀ ਲੈਂਦਾ ਉਹ ਜਿਹੜਾ ਪਿਆਰ ਆ ਉਹ 50,000 ਵਾਲੀ ਦਾ ਵੀ ਉਹਨਾਂ ਦੇ 50 ਲੱਖ ਵਾਲੀ ਦਾ ਵੀ ਸਤਿਕਾਰ ਬਰਾਬਰ ਹੈ ਕਹਿੰਦਾ ਭਾਵੇ ਹੈ ਨਾ ਤੇ ਬਾਕੀ ਬਾਈ 21,000 ਰੁਪਈਆ ਫੀਸ ਹੈ ਅਤੇ ਲੋਕੇਸ਼ਨ ਆਪਾਂ ਬਾਈ ਤੋਂ ਪੁੱਛ ਲੈਂਦੇ ਹਾਂ ਅਤੇ ਇੱਕ ਗੱਲ ਹੋਰ ਮੈਂ ਕਰਨੀ ਚਾਹੁੰਦਾ ਹੁੰਦਾ ਕਿ ਜਿੱਦਾਂ ਹੁਣ ਮੰਡੀ ਨੇੜੇ ਆ ਗਈ ਮਾਘੀ ਵਾਲੀ ਅਤੇ ਮੰਡੀ ਬਾਰੇ ਵੀ ਹਜੇ 50-50 ਹੈ ਬਾਈ ਤੁਸੀਂ ਕੀ ਸੋਚਦੇ ਹੋ ਮੰਡੀਆਂ ਬਾਰੇ ਵੀ ਮੰਡੀਆਂ ਲੱਗਣੀਆਂ ਚਾਹੀਦੀਆਂ ਕੀ ਵਾਧਾ ਹੈ ਮੰਡੀਆਂ 'ਚ ਆਣ ਕੇ ਆਮ ਕਿਸਾਨ ਨੂੰ ਕੀ ਵਾਧਾ ਹੈ ਚੀਜ਼ਾਂ ਦਾ ਥੋੜ੍ਹਾ ਖੁੱਲ੍ਹ ਮੈਂ ਤੁਹਾਨੂੰ ਦੱਸਦਾ ਬਾਈ ਸੰਧੂ ਸਾਹਿਬ ਮੰਡੀਆਂ ਤਾਂ ਲੱਗਣੀਆਂ ਹੀ ਚਾਹੀਦੀਆਂ ਬਾਈ ਹੈ ਨਾ ਜੀ ਕੋਈ ਅੱਜ ਕੱਲ੍ਹ ਖਰਚੇ ਮਹਿੰਗੇ ਹੋ ਗਏ ਘੋੜਿਆਂ ਦਾ ਪਾਲਣ ਪੋਸ਼ਣ ਮਹਿੰਗਾ ਹੋ ਗਿਆ ਹੈ ਨਾ ਵੀ ਘੋੜਾ ਇਕੱਲਾ ਘੋੜਾ ਜਾਂ ਘੋੜੀ ਨਹੀਂ ਵਿਕਦਾ ਮੰਡੀ 'ਤੇ ਬੜਾ ਕੁਛ ਬੰਦੇ ਦੀਆਂ ਘਰਦੀਆਂ ਗਰਜਾਂ ਕੱਢਣੀਆਂ ਕਿਸੇ ਨੇ ਧੀ ਬਾਹਰ ਭੇਜਣੀ ਕਿਸੇ ਪੁੱਤ ਬਾਹਰ ਭੇਜਣਾ ਕਿਸੇ ਨੇ ਧੀ ਬਾਹਰੋਂ ਉਠਾਉਣੀ ਹੈ ਵਿਆਹ ਕਰਨਾ ਕਿਸੇ ਨੇ ਕੋਈ ਆੜਤੀਆਂ ਦੇਣਾ ਲੈਣਾ ਲਾਉਣਾ ਹੈ ਕਿਸੇ ਨੇ ਕੋਈ ਫੰਦ ਫਲੇਵਾ ਲੈਣਾ ਹੈ ਨਾ ਵੀ ਅੱਜ ਕੱਲ੍ਹ ਘੋੜੀਆਂ ਮਹਿੰਗੀਆਂ ਬਾਈ ਦਾਣਾ ਪਾਣੀ ਮਹਿੰਗਾ ਜੇ ਮੰਡੀਆਂ ਹੀ ਲੱਗਣਗੀਆਂ ਵੇਚਾਂਗੇ ਕਿੱਥੇ ਬਾਈ ਕੋਈ ਸ਼ੱਕ ਨਹੀਂ ਠੀਕ ਹੈ ਅਤੇ ਕਿੱਥੋਂ ਪੈਸੇ ਆਉਣਗੇ ਅਤੇ ਫਿਰ ਇੱਕ ਦਿਨ ਤਾਂ ਇਹ ਹੌਲੀ ਹੌਲੀ ਸ਼ੌਂਕ ਖਤਮ ਹੋ ਜੂਗਾ ਬਾਈ ਖਤਮ ਹੋ ਜੂਗਾ ਇਹਦੇ 'ਤੇ ਵਿਚਾਰ ਕਰਨਾ ਚਾਹੀਦਾ ਕਰਨਾ ਉਹ ਘੋੜੀਆਂ ਵਾਲੇ ਭਰਾਵਾਂ ਨੂੰ ਵੀ ਇਕਜੁੱਟ ਹੋਣਾ ਚਾਹੀਦਾ ਵੀ ਮੰਡੀਆਂ ਜਿਵੇਂ 2 ਬੰਦ ਹੋ ਗਈਆਂ 3 ਮੰਡੀਆਂ ਬੰਦ ਹੋ ਗਈਆਂ ਉਹਦੇ 'ਤੇ ਕੋਈ ਬੋਲਿਆ ਹੀ ਨਹੀਂ ਬੋਲਣਾ ਚਾਹੀਦਾ ਖੁੱਲ੍ਹ ਕੇ ਮੰਡੀਆਂ ਲੱਗਣ ਅਤੇ ਸਾਰਿਆਂ ਦਾ ਹੀ ਫਾਇਦਾ ਉਹ 'ਚ ਇਕੱਲੇ ਘੋੜੀਆਂ ਦੇ ਵਪਾਰੀਆਂ ਦਾ ਨਹੀਂ ਫਾਇਦਾ ਉਹ 'ਚ ਸਾਰਿਆਂ ਦਾ ਹੀ ਫਾਇਦਾ ਬਾਈ ਇਹ ਠੀਕ ਹੈ ਹੁਣ ਬਾਈ ਇੱਕ ਫਾਰਮ 'ਚ 4 ਬੰਦੇ ਫਿਰਦੇ ਆ ਜੇ ਕੋਈ ਅਸੀਂ ਵੱਟਾਂਗੇ ਹੀ ਨਾ ਬਾਈ ਤੇ ਉਹਨਾਂ ਦੀਆਂ ਤਨਖਾਹਾਂ ਕਿੱਥੋਂ ਆਉਣਗੀਆਂ ਬਾਈ ਬਹੁਤ ਚੁੱਲ੍ਹੇ ਚੱਲਦੇ ਘੋੜਿਆਂ ਵਾਲੇ ਬਿਲਕੁਲ ਬੜਾ ਕੁਝ ਚੱਲਦਾ ਕਿ ਉਹ ਇੱਕ ਬਾਈ ਨੇ ਅੱਗੇ ਗੱਲ ਕੀਤੀ ਸੀ ਕੋਈ ਹਾਥੀ ਵਾਲ ਦਾ ਕਿਰਾਇਆ ਹੋ ਗਿਆ ਕੋਈ ਟੈਂਟ ਵਾਲਾ ਹੋ ਗਿਆ ਕਦੇ ਕੋਈ ਘੋੜੀਆਂ ਦਾ ਸਵਾਰ ਹੋ ਗਿਆ ਕਿੰਨੇ ਲੋਕਾਂ ਦਾ ਕੋਈ ਸਾਂਭਣ ਵਾਲਾ ਬੰਦਾ ਕਿੰਨੇ ਲੋਕਾਂ ਦਾ ਬਾਈ ਖਰਚਾ ਚੱਲਦਾ ਹੈ ਨਾ ਤੇ ਉਹ ਮੰਡੀਆਂ ਲੱਗਣਗੀਆਂ ਤਾਂ ਬਾਈ ਉਹ ਸਾਰਾ ਕੁਝ ਹੋਊਗਾ ਜੀ ਤੇ ਭਾਈ ਜੇ ਕੋਈ ਸਰਕਾਰ ਦਾ ਬੰਦਾ ਵੀ ਸੁਣਦਾ ਉਹ ਵੀ ਭਾਈ ਇਸ ਗੱਲ ਤੇ ਜ਼ਰੂਰ ਮੇਰੇ ਵੀਰ ਬੇਨਤੀ ਆ ਗੌਰ ਕੀਤਾ ਜਾਵੇ ਜਿੰਨਾ ਆਪਾਂ ਆਪਣੇ ਕੋਈ ਲਿੰਕ ਆਪਾਂ ਨੂੰ ਪਰਮਾਤਮਾ ਨੇ ਦਿੱਤੇ ਆ ਚੰਗਾ ਕਿਉਂਕਿ ਘੋੜੇ ਵਾਲਿਆਂ ਦੇ ਮੈਨੂੰ ਪਤਾ ਹੈ ਅਸੀਂ ਇਹਨਾਂ 'ਚ ਹੀ ਰਹਿੰਦੇ ਭਰਾਵਾਂ 'ਚ ਸਾਨੂੰ ਪਤਾ ਵੀ ਲਿੰਕ ਬਹੁਤ ਉੱਤੋਂ ਤੱਕ ਹੁੰਦੇ ਆ ਵੀ ਜਿਹੜਾ ਵੀ ਕੋਈ ਜਿੱਥੋਂ ਤੱਕ ਵੀ ਜ਼ੋਰ ਲਾ ਸਕਦਾ ਆਪਣੇ ਵਿਹਾਵ 'ਤੇ ਲਾਵੇ ਪਹਿਲ ਦੇ ਆਧਾਰ 'ਤੇ ਤਾਂ ਦੂਜੀ ਬੇਨਤੀ ਮੇਰੇ ਵੱਲੋਂ ਵੀ ਬਾਈ ਸਾਰੇ ਭਰਾਵਾਂ ਨੂੰ ਹੀ ਹੈ ਵੀ ਅਸੀਂ ਨਾ ਦੂਜੇ ਦੇ ਮੋਢੇ 'ਤੇ ਰੱਖ ਕੇ ਥੋੜ੍ਹਾ ਜਿਹਾ ਚਲਾਉਣੀ ਬੰਦ ਕਰੀਏ ਬਿਲਕੁਲ ਸਾਨੂੰ ਆਪ ਨੂੰ ਬੋਲਣਾ ਚਾਹੀਦਾ ਅਸੀਂ ਕਹਿੰਦੇ ਹਾਂ ਵੀ ਬਾਈ ਫਲਾਣੇ ਨੂੰ ਫੋਨ ਕਰਤਾ ਇੱਕ ਗਰੁੱਪ ਬੜੇ ਹੋਏ ਆ ਜਿੰਨਾ ਚਿਰ ਚਲੋ ਮਾੜੀ ਗੱਲ ਨਹੀਂ ਕੋਈ ਚੰਗੇ ਜੇ ਹੋਣ ਤਾਂ ਗਰੁੱਪ ਵੀ ਚੰਗਾ ਜੇ ਚੰਗੀਆਂ ਸਲਾਹਾਂ ਹੁੰਦੀਆਂ ਬਣੀ ਇਸ ਚੀਜ਼ ਲਈ ਆ ਬਾਈ ਹਾਂ ਵੀ ਉਹ ਚੰਗੀ ਗੱਲ ਵੀ ਹੈ ਪਰ ਜੇ ਅਸੀਂ ਕਹਾਂਗੇ ਨਾ ਬਾਈ ਵੀ ਗਰੁੱਪਾਂ 'ਚ ਬੋਲ ਕੇ ਅਸੀਂ ਕਹਿਤਾ ਬਾਈ ਵੀ ਚੱਲਦੇ ਹਾਂ ਹਾਂ ਬਾਈ ਤੂੰ ਜਾਂ ਆਈ ਮੇਰਾ ਟਾਈਮ ਨਹੀਂ ਜਾਂ ਉਹ ਤਾਂ ਬਾਈ ਹੁਣ ਮੌਕਾ ਹੈ ਹੁਣ ਆਉਣਾ ਚਾਹੀਦਾ ਖੁੱਲ੍ਹ ਕੇ ਅੱਗੇ ਅਤੇ ਵੀਰ ਬਣ ਕੇ ਬਾਈ ਸਾਰੇ ਘੋੜਾ ਪ੍ਰੇਮੀਆਂ ਨੂੰ ਬੇਨਤੀ ਜਿੰਨੇ ਵੀ ਤੁਸੀਂ ਫੇਸਬੁੱਕ 'ਤੇ ਲੱਖਾਂ ਦੀ ਗਿਣਤੀ ਵਿੱਚ ਆਪਾਂ ਨੂੰ ਦੇਖਦੇ ਹੋ ਜਿਹੜੇ ਵੀ ਭਰਾ ਸੁਣਦੇ ਆ ਯਾਰ ਇਸ ਗੱਲ ਵੱਲੇ ਵੀ ਆਪਾਂ ਧਿਆਨ ਦਈਏ ਵੀ ਮੁਕਤਸਰ ਵਾਲੀ ਜਿਹੜੀ ਮੰਡੀ ਆ ਮਾਘੀ ਮੰਡੀ ਉਹ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਹਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਵੀ ਉਹ ਰੂਲ ਥੋੜ੍ਹੇ ਜਿਹੇ ਬਣਾ ਦਿੱਤੇ ਜਾਣ ਮੇਰੇ ਉਹੀ ਡੈਡੀ ਦੇ ਕਹਿੰਦੇ ਕਹਿਣਾ ਉਹ ਇਤਿਹਾਸ ਹੈ ਇੱਕ ਆਪਣਾ ਮਾਘੀ ਲੱਗਦੀ ਹੈ ਹਨਾ ਵੀ ਸਭ ਤੋਂ ਪੁਰਾਣੀ ਮੰਡੀ ਹੈ ਇਤਿਹਾਸ ਹੀ ਖਤਮ ਹੋ ਜਾਊਗਾ ਵੀਰੇ ਜੇ ਮੰਡੀਆਂ ਬੰਦ ਹੋ ਜਾਣਗੀਆਂ ਤਾਂ ਹਨਾ ਜੀ ਵੀ ਇਹਦੇ ਉੱਤੇ ਜ਼ਰੂਰੀ ਗੌਰ ਕਰਨਾ ਚਾਹੀਦਾ ਇਹ ਬੜਾ ਗੌਰ ਰੱਖਣ ਦੀ ਗੱਲ ਆ ਨਹੀਂ ਤਾਂ ਇੱਕ ਦਿਨ ਘੋੜਾ ਇੰਡਸਟਰੀ ਡੁੱਬ ਜੂ ਬਾਈ ਜੇ ਮੰਡੀਆਂ ਜੀ ਅੱਗੇ ਵੀ ਲਵੀ ਬਾਈ ਗੱਲ ਕਰਦੇ ਹੁੰਦੇ ਆ ਵੀ ਮੰਡੀਆਂ ਅਤੇ ਮੀਡੀਆ ਕਿਸੇ ਵੀ ਸ਼ੌਂਕ ਦਾ ਕਿਸੇ ਵੀ ਪਸ਼ੂ ਪਾਲਣ ਕਿੱਤੇ ਦਾ ਆਪਾਂ ਘੋੜਾ ਪ੍ਰੇਮੀ ਹੈ ਅਤੇ ਇਹਦੀ ਰੀੜ ਦੀ ਹੱਡੀ ਹੈ ਬਿਲਕੁਲ ਜੇ ਆਪਾਂ ਇਹ ਚੀਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂ ਤਾਂ ਕਿਤੇ ਨਾ ਕਿਤੇ ਨੁਕਸਾਨ ਸਾਰਿਆਂ ਨੂੰ ਝੱਲਣਾ ਪੈਣਾ ਬਾਈ ਅੱਗੇ ਕਿੱਤੇ ਦਾ ਆਪਾਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਬਾਈ ਹਰੇਕ ਹੀ ਮੇਰੇ ਹਿਸਾਬ ਨਾਲ ਦੂਜਾ ਘਰ ਹੈ ਜਿਹੜਾ ਜਿੱਥੇ ਵੀ ਜਾਈਦਾ ਉਹ ਕਹਿੰਦਾ ਬਾਈ ਬਾਹਰ ਨੂੰ ਜਾਣਾ ਬਾਹਰ ਨੂੰ ਜਾਣਾ ਹੈ ਨਾ ਅਤੇ ਇੱਥੇ ਵਪਾਰ ਜੇ ਅੱਜ ਲੱਖਾਂ 'ਚ ਕਰੋੜਾਂ 'ਚ ਘੋੜਿਆਂ ਦਾ ਹੋਇਆ ਹੈ ਨਾ ਅਤੇ ਇਹਦੇ ਪਿੱਛੇ ਇਹਨਾਂ ਲੋਕਾਂ ਦੀ ਮਿਹਨਤ ਬੋਲਦੀ ਹੈ ਬਾਈ ਅਤੇ ਜਿੰਨੇ ਜੋਗੇ ਆਪਾਂ ਹੈਗੇ ਆਪਾਂ ਆਪਦੇ ਵਿਹਾਵ 'ਤੇ ਜ਼ਰੂਰ ਸਾਥ ਦਈਏ ਅਤੇ ਜਿਹੜੀ ਨਿਊ ਜਨਰੇਸ਼ਨ ਹੈ ਉਹ ਵੀ ਇੱਥੇ ਰਹਿ ਕੇ ਘੋੜਿਆਂ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਆ ਬਿਲਕੁਲ ਪਰ ਜੇ ਆਪਾਂ ਹੁਣ ਅਗਲੇ ਪਾਸੋਂ ਮੰਡੀਆਂ ਨਾ ਲੱਗਣਗੀਆਂ ਜਾਂ ਉਹਨਾਂ ਨੂੰ ਮੰਨ ਲਓ ਦਬਾਇਆ ਜਾਊਗਾ ਤਾਂ ਬਾਈ ਉਹ ਫਿਰ ਕਿੱਦਾਂ ਮੁਮਕਿਨ ਹੋ ਸਕਦਾ ਇਕੱਲੀਆਂ ਗੱਲਾਂ ਨਹੀਂ ਆਪਾਂ ਇਹ ਗੱਲ 'ਤੇ ਗੌਰ ਵੀ ਕਰੀਏ ਮੇਰੇ ਤੋਂ ਛੋਟਾ ਵੀਰ ਹੈ ਵੀਰੇ ਉਹ ਖੜਾ ਪਿੱਛੇ ਉਹ ਬਾਹਰੋਂ ਆਇਆ ਕੈਨੇਡਾ ਤੋਂ ਕਿਹੜਾ ਬਾਈ ਭਲਾ ਭਰਪੂਰ ਬੁੱਟਰ ਮੇਰੀ ਭਾਈ ਦਾ ਬੇਟਾ ਹੈ ਨਾ ਜੀ ਜੀ ਉਹ ਹਰ ਸਾਲ ਮੇਲੇ ਵਾਰ ਆਉਂਦਾ ਵਿਚਾਰਾ ਇੱਥੇ ਉਹ ਆਜੀ ਉਹਨੂੰ ਮੇਲੇ ਦਾ ਇੰਨਾ ਸ਼ੌਂਕ ਹੈ ਘੋੜੀਆਂ ਦਾ ਇੰਨਾ ਸ਼ੌਂਕ ਹੈ ਵੀ ਉਹ ਮੇਲੇ ਮਾਰਾ ਕੈਨੇਡਾ ਤੋਂ ਚੱਲ ਕੇ ਇੱਥੇ ਆਉਂਦਾ ਹੈ ਨਾ ਤੇ ਬਾਈ ਜੇ ਮੇਲੇ ਹੀ ਨਾ ਲੱਗਣਗੇ ਕਿੱਥੇ ਚੱਲ ਜਾਊਗੀ ਹਨਾ ਤੁਸੀਂ ਆਪ ਜਾਣੇ ਹੋ ਵੀ ਮੇਲਿਆਂ ਦੀ ਤਾਂ ਪਹਿਲ ਹੈ ਮੇਲੇ ਤਾਂ ਜ਼ਰੂਰੀ ਲੱਗਣੇ ਮੈਨੂੰ ਸਮਝ ਨਹੀਂ ਆਈ ਜਾਂਦੀ ਵੀ ਮੇਲਿਆਂ ਤੋਂ ਖਤਰਾ ਕੀ ਹੈ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ 'ਚ ਗਲੈਂਡਰ ਵਾਲੀ ਘੋੜੀ ਹੋਊਗੀ ਹੁਣ ਵੇਖੋ ਬਾਈ ਕੋਈ ਨਹੀਂ ਆ ਮੇਲਾ ਲੱਗਾ ਆਪਣਾ ਰਾਜਸਥਾਨ ਗੰਗਾਨਗਰ ਵਾਲਾ ਹੁਣ ਹਨੂਮਾਨਗੜ੍ਹ
ਘੋੜੇ ਘੋੜੀਆਂ ਲੈ ਕੇ ਰਾਜਸਥਾਨ ਦੇ ਵਿੱਚ ਪਹੁੰਚੇ, ਉੱਥੇ ਤਾਂ ਕੋਈ ਕੇਸ ਨਿਕਲਿਆ ਨਹੀਂ ਹਨਾ। ਬਿਲਕੁਲ, ਤੇ ਬੇਨਤੀ ਆ ਭਾਈ ਜ਼ਰੂਰ ਗੌਰ ਕਰੀਏ ਆਪਾਂ ਇਹਨਾਂ ਗੱਲਾਂ 'ਤੇ। ਜੇ ਕੋਈ ਸਰਕਾਰ ਦਾ ਆਦਮੀ ਵੀ ਵੀਡੀਓ ਦੇਖਦਾ ਨਾ ਵੀ ਉਹ, ਅਸੀਂ ਖੁਦ ਜਦੋਂ ਘੋੜਾ ਪਾਲ ਕਹਿ ਰਹੇ ਹਾਂ ਸਾਨੂੰ ਗਲੈਂਡਰ ਤੋਂ ਕੋਈ ਖਤਰਾ ਨਹੀਂ ਜੀ, ਮੰਡੀਆਂ ਲਾਈਆਂ ਜਾਣ ਜੀ, ਸਾਡਾ ਰੁਜ਼ਗਾਰ ਚੱਲੂਗਾ, ਇਹਦੇ ਨਾਲ ਹੋਰ ਚਾਰ ਲੋਕਾਂ ਦਾ ਵੀ ਰੁਜ਼ਗਾਰ ਚੱਲੂਗਾ। ਪੰਜਾਬ 'ਚ ਗਲੈਂਡਰਾਂ ਦੀ ਬਿਮਾਰੀ ਹੈ ਹੀ ਨਹੀਂ, ਕੋਈ ਵੀ ਕੇਸ ਨਹੀਂ ਹੈਗਾ ਮੇਰੀ ਨਿਗਾਹ 'ਚ ਜਿਹੜਾ ਪੰਜਾਬ 'ਚ ਗਲੈਂਡਰ ਦਾ ਕੇਸ ਹੋਵੇ ਜੀ, ਹਨਾ। ਇਹ ਤਾਂ ਇੱਕ ਬਹਾਨਾ ਜਾਂ ਕੁਛ ਕਹਿ ਲਓ ਵੀ ਮੰਡੀਆਂ ਨਹੀਂ ਲੱਗਣ ਦੇਣੀਆਂ ਜਾਂ ਕੋਈ ਖੁੰਦਕ ਹੈ, ਠੀਕ ਹੈ ਉਹ ਹੈ, ਪਰ ਕੋਈ ਬਿਮਾਰੀ ਨਹੀਂ ਹੈਗੀ ਵੀਰੇ ਘੋੜੀ ਨੂੰ, ਹਨਾ। ਅੱਜ ਕੱਲ੍ਹ ਹਰ ਬੰਦੇ ਦਾ ਮਹਿੰਗਾ ਜਾਨਵਰ ਹੈ, ਕਿਹਦਾ ਜੀ ਕਰਦਾ ਵੀ ਇਹਦਾ ਜਾਨਵਰ ਬਿਮਾਰੀ ਲੈ ਕੇ ਜਾਣਾ, ਇੱਦਾਂ ਦਾ ਬਾਈ ਕੁਛ ਨਹੀਂ ਹੈਗਾ। ਰੱਬ ਜਾਣਦਾ ਕਿਉਂ ਇੱਦਾਂ ਦਾ ਕੁਛ ਹੋ ਰਿਹਾ ਵੀ, ਜਾਂ ਸੋਚਿਆ ਵੀ ਘੋੜਾ ਇੰਡਸਟਰੀ ਡੁੱਬਣੀ ਡੁੱਬਣੀ ਹੈ, ਬੜੀਆਂ ਇੰਡਸਟਰੀਆਂ ਡੁੱਬ ਗਈਆਂ ਬਾਈ ਸਿਰਫ ਸਰਕਾਰਾਂ ਦੀ ਇਨਕਮੀ ਕਰਕੇ ਜੀ, ਪਰ ਬਾਈ ਬੜਾ ਕੁਛ ਜੁੜਿਆ ਘੋੜਾ ਇੰਡਸਟਰੀ ਨਾਲ ਸੀਰੀਅਸਲੀ। ਬਿਲਕੁਲ ਬਿਲਕੁਲ, ਅਤੇ ਬਾਈ ਇਸ ਗੱਲ 'ਤੇ ਵੀ ਗੌਰ ਕਰਿਓ, ਵਾਰ ਵਾਰ ਬੇਨਤੀ ਕਰਦੇ ਹਾਂ। ਅੱਛਾ ਬਾਈ, ਇੱਕ ਆਪਣੇ ਕੋਲ ਬਹੁਤ ਹੀ ਸੋਹਣਾ ਇੱਕ ਹੋਰ ਘੋੜਾ ਹੈ, ਉਹ ਕਿਹੜੇ, ਉਹਦਾ ਨਾਂ ਕੀ ਹੈ? ਉਹਦਾ ਨਾਮ ਵੀਰੇ ਜਾਫਰ ਹੈ। ਜਾਫਰ, ਉਹ ਕਿਹੜੇ ਘੋੜੇ ਦਾ ਜੀ? ਉਹ ਨਾ ਬਈ, ਉਹਦੀ ਇੱਕ ਲਾਈਨ ਬਹੁਤ ਚੰਗੀ ਲਾਈਨ ਹੈ, ਉਹਦੀ ਲਾਈਨ ਮੈਂ ਤੁਹਾਨੂੰ ਦੱਸਦਾ ਵੀ, ਜਿਹੜੀ ਉਹਦੀ ਮਾਂ ਸੀ ਬਈ ਉਹ ਰੋਹੀਆ ਵਾਲੇ ਸੁਲਤਾਨ ਦੀ ਸੀ, ਵਾਹ ਜੀ ਵਾਹ, ਤੇ ਜਿਹੜਾ ਉਹਦਾ ਬਾਪ ਸੀਗਾ ਉਹ ਡੋਡਾ ਵਾਲੇ ਬਾਈ ਬਿੰਦਰ ਸੰਧੂ, ਬਈ ਭਿੰਦਰ ਸੰਧੂ ਹੋਰਾਂ ਕੋਲੇ ਸੀ ਪ੍ਰਿੰਸ, ਪ੍ਰਿੰਸ ਦਾ। ਅੱਛਾ, ਪ੍ਰਿੰਸ ਦਾ ਬੱਚਾ ਹੈ? ਪ੍ਰਿੰਸ ਦਾ ਵੀਰੇ ਡਾਇਰੈਕਟ ਬੱਚਾ ਹੈ ਜੀ, ਠੀਕ ਹੈ। ਇਹਦੀ ਖੂਬਸੂਰਤੀ ਵੀ ਬਹੁਤ ਹੈ, ਇਹਦੀ ਮਾਂ ਨੇ ਵੀਰੇ ਸ਼ੋਅ ਵੀ ਜਿੱਤੇ ਸੀ, ਦੋ ਸ਼ੋਅ ਜਿੱਤੇ ਸੀ ਜੀ, ਹੱਦੋਂ ਪਰੇ ਚੰਗੀ ਮਾਂ ਸੀ ਬਾਈ ਇਹਦੀਆਂ, ਆਪਾਂ ਜੇ ਪੋਸੀਬਲ ਹੋਏ ਤਾਂ ਫੋਟੋ ਲਾਇਓ ਤੁਸੀਂ ਵਿੱਚ ਜੀ, ਵੀ ਬਹੁਤ ਚੰਗੀ ਘੋੜੀ ਦਾ ਬੱਚਾ ਹੈ, ਬਹੁਤ ਚੰਗੇ ਘੋੜੇ ਦਾ ਬੱਚਾ ਹੈ, ਠੀਕ ਹੈ। ਵੀ ਜਿਹੜੀ ਹਾਈਟ ਹੈ ਉਹ ਆਪਾਂ ਝੂਠ ਨਹੀਂ, ਉਹ ਤਾਂ ਹਾਈਟ 62 ਇੰਚ ਹੈ ਜੀ, ਠੀਕ ਹੈ। ਵੀ ਬਹੁਤ ਚੰਗਾ ਘੋੜਾ ਸੀ ਪ੍ਰਿੰਸ, ਪ੍ਰਿੰਸ ਨੇ ਵੀ ਜਿਵੇਂ ਆਪਾਂ ਗੱਲ ਕਰਦੇ ਹਾਂ ਬਾਈ ਸਿਮਰਤਪਾਲ ਉਹਨੇ ਵੀ ਰਿਕਾਰਡ ਆਪਣੀ ਜਗ੍ਹਾ ਤੋੜਿਆ, ਜਾਂ ਬਾਈ ਸਮੁੰਦਰ ਨੇ ਜਿਵੇਂ ਘੋੜੇ ਤਿਆਰ ਕੀਤੇ ਆ ਨਾ, ਬਾਈ ਮਿੰਟੂ ਨੇ ਘੋੜੇ ਤਿਆਰ ਇੰਨੇ ਚੰਗੇ ਕੀਤੇ ਆ, ਉਵੇਂ ਡੋਡਾ ਨੇ ਵੀ ਘੋੜੇ ਬਹੁਤ ਚੰਗੇ ਬਹੁਤ ਕੀਤੇ, ਕੋਈ ਸ਼ੱਕ ਨਹੀਂ। ਵੀ ਦੋ ਚਾਰ ਬੰਦੇ ਹੈ ਜਿਵੇਂ ਬਾਈ ਮਿੰਟੂ ਵੀਰਾ ਹੋ ਗਿਆ ਹਨਾ, ਜਾਂ ਜਿਵੇਂ ਹੁਣ ਭਲਵਾਨ ਬਾਈ ਅਬਲੂ ਤੋਂ ਚੰਗਾ ਜ਼ੋਰ ਲਾਈ ਜਾਂਦਾ, ਡੋਡਾ ਨੇ ਚੰਗਾ ਜ਼ੋਰ ਲਾਇਆ, ਆਪਾਂ ਭਰਾਵਾਂ ਦੇ ਨਾਂ ਲਵਾਂਗੇ ਤਾਂ ਹੱਥਾਂ ਤੱਕ ਗਿਣੇ ਨਹੀਂ ਜਾਣੇ, ਪਰ ਇਹਨਾਂ ਬੰਦਿਆਂ ਦੀ ਘੋੜਿਆਂ ਨੂੰ ਬਹੁਤ ਵੱਡੀ ਦੇਣ ਹੈ ਬਾਈ, ਕੋਈ ਸ਼ੱਕ, ਠੀਕ ਹੈ। ਜਿਵੇਂ ਸਮੁੰਦਰ ਦੇ ਏਡੇ ਚੰਗੇ ਬੱਚੇ ਆਏ ਨਾ, ਬਹੁਤ ਜ਼ਿਆਦਾ ਸਮੁੰਦਰ ਨੇ ਬਾਈ ਸਾਂਭ ਪੈਦਾ ਕੀਤੇ ਹੈ, ਠੀਕ ਹੈ। ਪ੍ਰਿੰਸ ਨੇ ਬਾਈ ਵਛੇਰੀਆਂ ਬਹੁਤ ਜ਼ਿਆਦਾ ਚੰਗੀਆਂ, ਠੀਕ ਹੈ। ਜੋ ਕੁਆਲਿਟੀ ਪ੍ਰਿੰਸ ਦੇ ਬੱਚਿਆਂ 'ਚ ਹੈ ਜੀ, ਉਹ ਕਿਸੇ 'ਚ ਹੋਰ ਨਹੀਂ, ਕੋਈ ਸ਼ੱਕ। ਜੋ ਸਮੁੰਦਰ ਲਾਈਨ ਦੇ ਬੱਚਿਆਂ 'ਚ ਉਹ ਕਿਸੇ 'ਚ ਹੋਰ, ਬਿਲਕੁਲ ਬਿਲਕੁਲ। ਪ੍ਰਿੰਸ ਲਾਈਨ 'ਚ ਆਉਂਦੀ ਹੈ ਵੀਰੇ ਬਿਊਟੀ, ਤੇ ਸਮੁੰਦਰ ਲਾਈਨ 'ਚ ਆਉਂਦੀ ਮਜ਼ਬੂਤੀ, ਮਜ਼ਬੂਤੀ ਕੱਦ ਕਾਠ ਜੀ, ਵੀ ਜੋ ਸਮੁੰਦਰ ਨੇ ਪੈਦਾ ਕਰਤਾ ਬਾਈ, ਬਿਲਕੁਲ, ਉਹ ਕਿਸੇ ਨੇ ਹੋਰ ਛੇਤੀ ਨਹੀਂ ਕਰ ਦੇਣਾ, ਤੇ ਜੋ ਪ੍ਰਿੰਸ ਨੇ ਪੈਦਾ ਕੀਤੇ ਆ ਉਹ ਵੀ ਬਈ ਇੱਕ ਆਪਦੇ ਆਪ ਮਸਾਰ ਹੈ, ਘੋੜਾ ਵੀ ਵਾਕਈ ਘੋੜਾ ਹੈ। ਇਹਦੀ ਉਮਰ ਕਿੰਨੀ ਹੈ ਬਾਈ? ਲਗਭਗ ਦੋਨੇ ਬਰਾਬਰ ਹੈ ਬਾਈ, ਮੈਂ ਤੁਹਾਨੂੰ ਉਹੀ ਦੱਸਣਾ, ਦੋਨੇ ਘੋੜੀਆਂ ਇਕੱਠੀਆਂ ਸੂਈਆਂ ਸੀ, ਦੋਨੇ ਪ੍ਰਿੰਸ ਤੋਂ ਸੂਪੀਆਂ, ਦੋਨੇ ਬਾਈ ਹਾਂ, ਦੋਨਾਂ ਨੇ ਬਾਈ ਵਛੇਰੇ ਦਿੱਤੇ। ਫਿਰ ਮੈਨੂੰ ਘਰ ਡੈਡੀ ਵੀ ਕਹਿਣ ਲੱਗ ਪਏ ਵੀ, ਕਹਿੰਦੇ ਇੱਕ ਯਾਰ ਆਪਾਂ ਇਹਨਾਂ ਦੇ ਮਨ 'ਚ ਸੀ ਆਪਾਂ ਇੱਕ ਮਿੰਟੂ ਲਾਈਨ ਦਾ ਬੱਚਾ ਰੱਖ, ਅੱਛਾ ਇਹਦਾ ਤੁਹਾਡਾ ਰਾਦਾ ਹਾਂ ਦੇਣ ਦਾ? ਨਹੀਂ, ਹਾਂ ਵੀ ਉਹ ਦੇ ਦਾਂਗੇ ਪ੍ਰਿੰਸ ਵਾਲਾ ਜਾਫਰ, ਹਾਂ ਜੀ, ਵੀ ਤਾਂ ਉਹ ਇੱਕ ਪ੍ਰਿੰਸ ਦਾ ਬੱਚਾ ਵੇਚ ਕੇ ਆਪਾਂ ਉਹ ਸਮੁੰਦਰ ਲਾਈਨ ਦਾ ਬੱਚਾ ਸਮੁੰਦਰ ਦਾ ਰੱਖ ਲਿਆ, ਠੀਕ ਹੈ। ਫਿਰ ਇੱਕ ਪ੍ਰਿੰਸ ਦਾ ਰੱਖ ਲਿਆ ਵੀ ਚੱਲ ਹੁਣ ਬਈ ਦੋ ਘੋੜੇ ਆ ਦੋ ਖਾਰ ਖਾਂਦੇ, ਕੋਈ ਜ਼ਰੂਰੀ ਵੀ ਨਹੀਂ ਹੈਗਾ ਵੀ ਆਪਾਂ ਦੇਣਾ ਹੀ ਦੇਣਾ ਵੀ, ਜੇ ਕੋਈ ਚੰਗੀ ਗੱਲ ਲੱਗੀ ਬਾਈ ਸੇਵਾ ਕਰਨ ਵਾਲਾ ਜੀ, ਕੋਈ ਉਹ ਬਹਿ ਕੇ ਵਿਚਾਰ ਵਟਾਂਦਰਾ ਹੋ ਜੂ, ਨਹੀਂ ਕੋਈ ਰਸਾ ਵਟਣ ਵਾਲਾ ਕੰਮ ਨਹੀਂ ਹੈਗਾ। ਬਹੁਤ ਚੰਗਾ ਘੋੜਾ ਹੈ, ਬਿਲਕੁਲ, ਬਹੁਤ ਵਧੀਆ ਕੁਆਲਿਟੀ ਹੈ, ਇਹ ਛੱਡਣਾ ਸ਼ੁਰੂ ਕੀਤਾ ਬਾਈ ਕਿਵੇਂ? ਹਾਂ ਬਾਈ ਛੱਡਿਆ ਲਗਭਗ, ਇਹਦੇ ਰਿਜ਼ਲਟ ਕਿਵੇਂ? ਸੋਹਣੇ ਬੱਚੇ ਆਏ ਬਾਈ, ਨੂੰ ਕਿਹੜੇ ਬੱਚੇ ਆਏ? ਕਿੰਨੇ ਬੱਚੇ ਆਏ ਲੱਗੀ ਬਾਈ? ਲਗਭਗ ਉਹਦੇ ਆ ਗਏ 8-7 ਬੱਚੇ ਆ ਗਏ ਬਾਈ। ਅੱਛਾ, ਹਾਂ ਵਾਹ ਜੀ, ਝੂਠ ਨਹੀਂ, ਉਹਦੀਆਂ ਫੋਟੋਆਂ ਮਿਲ ਸਕਦੀਆਂ ਆਪਾਂ? ਹਾਂ, ਉਹਦੀਆਂ ਜੇ ਪੋਸੀਬਲ ਹੋਈਆਂ ਤਾਂ ਮੈਂ ਤੁਹਾਨੂੰ ਮਿਲ ਦੂੰਗਾ, ਕਿਉਂਕਿ ਇਹਨੂੰ ਬਾਈ ਜਿਹੜੀਆਂ ਫੋਟੋਆਂ ਨਾ ਮੇਰੇ ਕੋਲੇ ਬਾਈ, ਇਹ ਫੋਨ ਨਵਾਂ ਲਿਆ, ਇਹ ਆ ਜਨਵਰੀ ਤੋਂ ਬਾਅਦ ਵੱਧਦੀਆਂ। ਅੱਛਾ, ਠੀਕ ਹੈ। ਉਹਦੇ ਬੱਚੇ ਪਹਿਲਾਂ ਆ ਗਏ, ਹੁਣ ਬਾਈ ਤੁਸੀਂ ਦੇਖੋ ਇੱਕ ਪੈਦਾ ਏਡਾ ਵੱਡਾ ਘੋੜਾ, ਉਹਨੂੰ ਥੋੜੀ ਜਿਹੀ ਘੋੜੀ ਘੱਟ ਪੈਂਦੀ ਆ ਜੀ, ਠੀਕ ਹੈ। ਵੀ ਉਹਦੀਆਂ ਜੇ ਬੱਚਿਆਂ ਦੀ ਮੈਂ ਤੁਹਾਨੂੰ ਪੋਸੀਬਲ ਹੋਈਆਂ ਫੋਟੋਆਂ ਮੈਂ ਤੁਹਾਨੂੰ ਪਾ ਦੂੰਗਾ ਜੀ, ਠੀਕ ਹੈ। ਤੇ ਪਰ ਇਹਦੇ ਤੋਂ ਜੇ ਉਹਦੇ ਤੋਂ ਮੰਨ ਲਾ ਬਈ 25 ਤੋਂ ਲੈ ਕੇ 30 ਘੋੜੀਆਂ ਮਿਲੀਆਂ ਸੀ, ਜਿਹਨਾਂ 'ਚ 5-7 ਬੱਚੇ ਮੇਰੇ ਸਾਹਮਣੇ ਆ ਗਏ, ਕੁਛ ਘੋੜੀਆਂ ਬੈਗੀਆਂ ਹਨਾ ਜੀ। ਤੇ ਇਹਦੇ ਤੋਂ ਬਈ ਲਗਭਗ 100 ਦੇ ਨੇੜੇ ਤੇੜੇ ਨੇ ਬਈ ਘੋੜੀ ਭਰਤੀ ਵਿੱਚੋਂ 40 ਘੋੜੀਆਂ ਸੂਪੀਆਂ ਜੀ। ਇਹਦੀ ਫੀਸ ਕੀ ਰੱਖੀ ਬਾਈ? ਪ੍ਰਿੰਸ ਵਾਲੇ ਬੱਚੇ ਦੀ ਬਈ ਜਾਫਰ ਦੀ, ਉਹਦੀ ਬਾਈ ਫੀਸ 15,000 ਹੈ ਜੀ, 11 ਤੇ ਵੀ ਛੱਡ ਦਿੰਦੇ ਹਾਂ ਜੀ, 9 ਤੇ ਵੀ ਛੱਡ ਦਿੰਦੇ ਹਾਂ ਬਾਈ, ਲਗਭਗ 9-11 ਦੇ ਲਗਭਗ ਛੱਡ ਦਿੰਦੇ ਹਾਂ। ਲੈ ਵੀ ਸੱਜਣੋ, ਇਹ ਵੀ ਵਛੇਰਾ ਚੰਗਾ ਹੈ ਘੋੜਾ, ਜੇ ਤੁਸੀਂ ਇੱਥੋਂ ਵੀ ਬਰੀਡ ਲੈਣਾ ਚਾਹੁੰਦੇ ਹੋ ਤਾਂ ਭਾਈ ਉਹ ਵੀ ਵੀਰ ਨਾਲ ਸੰਪਰਕ ਕਰ ਲਿਓ। ਬਾਈ ਨੇ ਉਮਰ ਵੀ ਦੱਸਤੀ, ਹਾਈਟ ਵੀ ਦੱਸਤੀ, ਅਤੇ ਇਹਦਾ ਵਿਚਾਰ ਫੋਰ ਸੇਲ ਦਾ ਵੀ ਹੈ, ਅਤੇ ਬਹੁਤ ਜਾਇਜ਼ ਰੇਟ ਦੇ ਵਿੱਚ ਬਾਈ, ਕੋਈ ਰੇਟ ਰੂਟ ਦਾ ਦੱਸਣਾ ਚਾਹੁੰਦੇ? ਰੇਟ ਫੋਨ 'ਤੇ ਕਰ ਲਓ, ਫੋਨ 'ਤੇ ਕਰੋਗੇ, ਪਰ ਮੈਨੂੰ ਪਤਾ ਘੋੜਾ ਤੁਹਾਨੂੰ ਬਹੁਤ ਚੰਗੇ ਰੇਟ 'ਚ ਮਿਲ ਜੂਗਾ, ਮੈਂ ਬਾਈ ਤੋਂ ਪੁੱਛਿਆ, ਤੁਸੀਂ 1 ਲੱਖ ਫੋਨ ਲਾ ਕੇ ਜ਼ਰੂਰ ਗੱਲ ਕਰ ਲਿਓ, ਇੰਨਾ ਕੁ ਹਿੰਟ ਤੁਹਾਨੂੰ ਮੈਂ ਛੱਡ ਦਿੰਦਾ। ਅਤੇ ਬਾਕੀ ਜੇ ਕੋਈ
ਉਹਨੇ ਵੀ ਦੋਨੇ ਇੱਕ ਵਾਰੀ ਵਿਛਰਿਆ ਤਾਂ ਇੱਕ ਵਾਰੀ ਵਿਛਰੀ ਦੋਨੇ ਨੁਕਰੇ ਬੱਚੇ ਪਰ ਮੈਂ ਖਰੀਦ ਕੇ ਲੈ ਗਿਆ ਆਪਣੇ ਜਾਣਕਾਰ ਦੋਸਤ ਮਿੱਤਰ ਤੋਂ ਜਾਈਏ ਬਾਈ ਘੋੜੀ ਦੀ ਧੌਣ ਬੜੀ ਲੰਬੀ ਹੈ ਜੀ ਆਪਣੇ ਵੱਡੇ ਘੋੜੇ ਵਾਂਗੂ ਹਣਾ ਬਾਈ ਬਾਡੀਦਾਰ ਘੋੜੀ ਹੈ ਰੰਗ ਬਹੁਤ ਚੰਗਾ ਹੈ ਬਾਡੀ ਬਹੁਤ ਚੰਗੀ ਹੈ ਮਸਲ ਬਹੁਤ ਚੰਗੀ ਹੈ ਪੇਟ ਦਾ ਸਹਿਜ ਬਹੁਤ ਹੈ ਜੀ ਤੁਰਦੀ ਬੜਾ ਚੰਗਾ ਤੁਰਦੀ ਬਹੁਤ ਉਹ ਤਾਂ ਇੱਕ ਬਾਈ ਚੀਜ਼ ਆ ਹਣਾ ਵੀ ਜੇ ਚੱਲ ਚੰਬੀ ਉਹ ਸਵਾਦ ਲੈ ਇਹਨੂੰ ਰੱਖੀ ਮੈਨੂੰ ਲੱਗਦਾ ਵੀ ਚੱਲ ਜੇ ਚੰਬੀ ਹੈ ਠੀਕ ਹੈ ਨਹੀਂ ਬਾਈ ਉਹੋ ਜੀ ਘੋੜੀ ਆਪਾਂ ਨੌਕਰੀਆਂ ਨਹੀਂ 10 ਲੱਖ ਰੁਪਈਆ ਬਾਈ ਘੱਟੋ ਘੱਟ ਜੀ ਬਹੁਤ ਗੁੰਦਵੇਂ ਸਰੀਰ ਦੀ ਹੈ ਬਾਕੀ ਮੈਨੂੰ ਵੇਖ ਕੇ ਪਹਿਲਾਂ ਮੈਂ ਬਾਈ ਤੋਂ ਪੁੱਛਿਆ ਵੀ ਬਾਈ ਇਹ ਕੋਈ ਗੱਭਣਾ ਵੀ ਮੈਨੂੰ ਐਂ ਲੱਗਿਆ ਵੀ 7-8 ਮਹੀਨਿਆਂ ਦੀ ਗੱਭਣਾ ਵੀ ਐਡੀ ਬਾਈ ਨੇ ਵੀ ਮਹਾਰਾਜ ਦੀ ਕਿਰਪਾ ਹੈ ਉਹਦੇ 'ਤੇ ਵੀ ਗੁੰਦਵਾਂ ਸਰੀਰ ਹੈ ਭਾਰੀ ਘੋੜੀ ਹੈ ਹਨਾ ਅਤੇ ਉਹ ਕਿਹੜੇ ਘੋੜੇ ਤੋਂ ਹੁਣ ਕਿੰਨੇ ਚਿਰ ਦੀ ਹੈ ਬਾਈ ਵੈਸੇ ਉਹ ਬਾਈ ਸ਼ੂਟਰ ਤੋਂ ਮਿਲਾਈ ਉਹਨੂੰ 5-6 ਦਿਨ ਹੋਏ ਆ ਹਜੇ 5-6 ਦਿਨ ਹੀ ਹੋਏ 5-6 ਦਿਨ ਹੋਏ ਆ ਜੇ ਗੱਭਾ ਰਹਿੰਦੀ ਆ ਤਾਂ ਗੋਡਾ ਵੈਸੇ ਆਪਣਾ ਘੋੜੀ ਉਹ ਵੀ ਦੇ ਦਾਂਗੇ ਅੱਛਾ ਉਹ ਵੀ ਦੇਣ ਦਾ ਵਿਚਾਰ ਹੈਗਾ ਜੀ ਉਹਦੀ ਹਾਈਟ ਕਿੰਨੀ ਫਿਰ ਹਾਈਟ ਵੀ ਪਤਾ ਸੀ ਉਹ 61 ਇੰਚ ਫੱਟੀ ਵਾਲੀ ਹੈ ਬਾਈ 61 ਇੰਚ ਮੈਂ ਉਹਨੂੰ 61 ਇੰਚ ਫੱਟੀ ਵਾਲੀ ਕਹਿੰਦਾ ਕੋਈ ਸੂਤ ਵੱਧ ਜੂ ਘਟਦੀ ਨਹੀਂ ਉਹ ਨਵੇਂ ਬੰਦਿਆਂ ਨੂੰ ਵੀ ਸੱਜਣੋ ਬਹੁਤ ਵਧੀਆ ਜੇ ਘੋੜੀ ਤੁਸੀਂ ਮੈਨੂੰ ਫੋਨ ਕਰਦੇ ਹੁੰਦੇ ਹੋ ਨਾ ਬਾਈ ਕੋਈ ਘੋੜੀ ਤੱਕ 'ਚ ਹੋਈ ਅਤੇ ਜੈਨੂਅਨ ਰੇਟਾਂ 'ਚ ਅਤੇ ਭਾਈ ਇਹ ਵੀ ਘੋੜੀ ਤੁਹਾਡੇ ਖਰੀਦਣ ਵਾਲੀ ਜੇ ਘੋੜੀ ਬਹੁਤ ਸੀਲ ਹੈ ਘੋੜੀ ਕੋਈ ਲੱਤ ਨਹੀਂ ਕੱਢਦੀ ਕੋਈ ਦੰਦੀ ਨਹੀਂ ਵੱਢਦੀ ਘੋੜੀ ਸਵਾਰੀ ਬਹੁਤ ਸੋਹਣੀ ਕਰਾਉਂਦੀ ਹੈ ਅਤੇ ਸਵਾਰੀ ਦਾ ਸ਼ੌਂਕ ਵੀ ਤੁਹਾਡਾ ਪੂਰਾ ਹੋ ਸਕਦਾ ਬਾਈ ਕੀ ਬਾਈ ਨੇ ਆਪਣੇ ਵੱਡੇ ਘੋੜੇ ਤੋਂ ਮਿਲਾਤੀ ਸ਼ੂਟਰ ਤੋਂ ਅਤੇ ਉਹ ਬਾਈ ਨੇ ਤੁਹਾਨੂੰ ਦੱਸਤਾ ਵੀ ਜੇ ਤਾਂ ਗੱਭੜ ਨਿਕਲ ਆਈ ਤਾਂ ਉਸ ਹਿਸਾਬ ਨਾਲ ਰੇਟ ਲੱਗ ਜੂ ਅਤੇ ਜੇ ਭਾਈ ਹਨਾ ਵੀ ਖਾਲੀ ਨਿਕਲ ਗਈ ਤਾਂ ਉਸ ਹਿਸਾਬ ਨਾਲ ਰੇਟ ਲੱਗ ਜੂ ਪਰ ਮੈਨੂੰ ਇੰਨਾ ਭਰੋਸਾ ਵੀ ਪਰਮਾਤਮਾ ਦੀ ਕਿਰਪਾ ਨਾਲ ਜਿੱਥੇ ਇੰਨੇ ਗੁੱਡ ਰਿਜ਼ਲਟ ਉਹਦੇ ਆਏ ਆ ਅਤੇ ਇਹ ਵੀ ਇੱਕ ਚੰਗਾ ਬੱਚਾ ਤੁਹਾਡੀ ਤੁਹਾਡੇ ਵਿਹੜੇ ਦੇ ਵਿੱਚ ਕਲਕਾਰੀਆਂ ਮਾਰਦਾ ਅਗਲੇ ਸਾਲ ਨੂੰ ਸਾਨੂੰ ਦਿਸ ਜੂਗਾ ਬਾਕੀ ਤੁਸੀਂ ਫੋਨ ਇਹਦੇ ਬਾਬਤ ਲਾ ਲਿਓ ਅੱਛਾ ਬਾਈ ਹੁਣ ਆਪਾਂ ਆ ਜਾਈਏ ਇੱਕ ਆਪਣੇ ਕੋਲ ਬਹੁਤ ਚੰਗੀ ਵਿਸ਼ੇਰੀ ਹੈ ਨੁਕਰੀ ਉਹ ਕਿਹੜੇ ਘੋੜੇ ਦੀ ਹੈ ਉਹ ਬਈ ਸ਼ਿਵਰਾਜ ਘੋੜਾ ਮਾਝੇ ਸਾਈਡ 'ਚ ਹੈ ਹਾਂਜੀ ਆਪਣੇ ਉਹਦੀ ਹੈ ਕਹਿੰਦੇ ਉਹ ਸ਼ਿਵਰਾਜ ਘੋੜੇ ਦੀ ਹੈ ਕਿੰਨੇ ਚਿਰ ਦੀ ਹੈ ਜੀ ਇਹ ਬਈ ਆਪਾਂ ਨੇ ਖਰੀਦੀ ਹੈ ਜੀ ਅੱਛਾ ਇਹਨੂੰ ਆਪਾਂ ਉਦੋਂ ਜਦੋਂ ਲਈ ਆਪਾਂ ਨੂੰ 9 ਮਹੀਨੇ ਦੱਸੀ ਸੀ ਬਈ ਹੁਣ ਕਿੰਨੇ ਆਪਣੇ ਕੋਲ 2 ਮਹੀਨੇ ਹੋ ਗਏ ਬਈ 11 ਮਹੀਨੇ ਹੋ ਗਏ ਜੀ ਤੇ ਉਹਨਾਂ ਦੇ ਅਕੋਰਡਿੰਗ 11 ਦੀ ਹੈ ਨਾ ਉਹ ਰੱਬ ਜਾਣਦਾ ਕੋਈ 12 ਦੀ ਹੋ ਸਕਦੀ ਹੈ ਜਾਂ 10 ਦੀ ਇਹਦੇ ਵਿੱਚ ਕਿਉਂਕਿ ਤੁਸੀਂ ਜਿੱਦਾਂ ਗੱਲ ਕੀਤੀ ਹੈ ਵੀ ਸਾਰਾ ਉਮਰ ਹੀ ਲੰਘੀ ਤੁਹਾਡੀ ਵੀ ਫਾਦਰ ਸਾਹਿਬ ਦੀ ਵੀ ਦਾਦਾ ਜੀ ਦੀ ਵੀ ਚਾਚਾ ਜੀ ਦੀ ਵੀ ਹਨਾ ਅਤੇ ਇਹਦੇ ਵਿੱਚ ਤੁਹਾਨੂੰ ਕੀ ਬੈਸਟ ਲੱਗਿਆ ਵੀ ਮੈਂ ਇਹ ਵਛੇਰੀ ਲੈ ਕੇ ਜਾਣੀ ਤੁਹਾਨੂੰ ਕੀ ਬਰੀਕੀਆਂ ਲੱਗਦੀਆਂ ਬਈ ਘੋੜੀ ਵਛੇਰੀ ਚੰਗੀ ਆ ਲੱਤ ਲੁੱਤ ਲੰਮੀ ਆ ਹਨਾ ਬਾਕੀ ਸੋਹਣੀ ਹੈ ਬਣ ਤਰ੍ਹਾਂ ਦੀ ਬਹੁਤ ਹੈ ਬੱਚੀ ਮਜ਼ਬੂਤ ਹੈ ਕਿਸੇ ਪਾਸੋਂ ਮੈਨੂੰ ਇਹ 'ਚ ਖੁੰਝੀ ਨਹੀਂ ਲੱਗਦੀ ਜਾਂ ਇਹ ਕੋਈ ਇਹਦੇ ਕੰਨ ਮਾੜੇ ਆ ਜਾਂ ਪੈਰਾਂ ਤੋਂ ਮਾੜੀ ਹੈ ਚੰਗੀ ਹੈ ਲੰਮੀ ਹੈ ਸੋਹਣੀ ਹੈ ਵਛੇਰੀ ਬਾਕੀ ਨਾ ਬਈ ਇੱਕ ਰੱਖਣ ਨਾ ਰੱਖਣ ਦਾ ਜਾਂ ਲੈਣ ਦਾ ਬਈ ਉਹ ਇੱਕ ਵਪਾਰ ਹੈ ਹਨਾ ਉਹ ਵਪਾਰ ਆਪਾਂ ਕਰਦੇ ਹਾਂ ਬਈ ਕੋਈ ਬਾਹਲਾ ਵੱਡਾ ਨਹੀਂ ਕਰਦੇ ਐਵੇਂ ਜਾਂ ਆਪਾਂ ਕਹਿ ਦਈਏ ਕੋਈ 15-15-20 ਸ਼ੌਕੀਆ ਤੌਰ ਤੇ ਕਰਦੇ ਹਾਂ ਵੀ ਵਪਾਰ ਕਰਦੇ ਹਾਂ ਉਹ ਫਾਦਰ ਸਾਹਿਬ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਉਹ ਬਿਮਾਰ ਚੱਲ ਰਹੇ ਆ ਪਿਛਲੇ ਟਾਈਮ ਤੋਂ ਜੀ ਤੇ ਉਹ ਬਾਅਦ ਥੋੜੇ ਲਏ ਆ ਜਾਨਵਰ 1-2 ਲੈਂਦੇ ਆ ਉਹ ਵੇਚ ਲੈਂਦੇ ਆ ਅੱਜ ਦੀ ਘੜੀ ਤੱਕ ਹਨਾ ਜੀ ਵੀ ਵਾਹਿਗੁਰੂ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇਗਾ ਉਹਨਾਂ ਨੂੰ ਵੀ ਆਪਣੇ ਕੋਲ ਘੋੜੀਆਂ ਬਈ ਸੇਲ ਵਾਲੀਆਂ ਹੁੰਦੀਆਂ ਹੀ ਆ ਇਹ ਫਿਰ ਰੱਖੋਗੇ ਤੁਸੀਂ ਆ ਵਛੇਰੀ ਹਨਾ ਨਹੀਂ ਦੇ ਦਾਂਗੇ ਇਹ ਵੀ ਦੇ ਦੋਗੇ ਨੁਕਰੀ ਲੈ ਵੀ ਸੱਜਣੋ ਬਾਹਲੀ ਚੰਗੀ ਵਛੇਰੀ ਜੇ ਤੇ ਇਹਦੀ ਇਹਦਾ ਵੀ ਫਿਰ ਉਹ ਫਿਰ ਇਹਦਾ ਮੈਂ ਤੁਹਾਨੂੰ ਰੇਟ ਦੱਸ ਦਿੰਦਾ ਬਈ ਇਹਦਾ ਰੇਟ 2,40,000 ਰੁਪਇਆ ਜੀ ਅੱਛਾ ਵਾਹ ਜੀ ਵਾਹ ਲੈ ਵੀ ਸੱਜਣੋ ਬਹੁਤ ਹੀ ਚੰਗੀ ਤੇ ਬਿਲਕੁਲ ਜਾਇਜ਼ ਰੇਟ 'ਚ ਇੰਨੀ ਵਛੇਰੀ ਹੈ ਤੇ ਇਹਦੇ ਆਪਾਂ ਮਾਰਕੀਟ ਦੇ ਵਿੱਚ ਬੱਚੇ ਦੇਖਦੇ ਹਾਂ ਬਾਕੀ ਤੁਸੀਂ ਬਾਈ ਨੂੰ ਫੋਨ ਕਰ ਲਿਓ ਬਾਕੀ ਵਾਧਾ ਘਾਟਾ ਭਾਈ ਜੇ ਕੋਈ ਮਾਣ ਤਾਣ ਹੋਇਆ ਤਾਂ ਬਾਈ ਉਹ ਵੀ ਤੁਹਾਡਾ ਕਰ ਦੇਣਗੇ ਬਹੁਤ ਵਧੀਆ ਪਰਿਵਾਰ ਹੈ ਅਤੇ ਬਹੁਤ ਖਾਨਦਾਨੀ ਜੱਦੀ ਪੁਸ਼ਤੀ ਜਿੱਦਾਂ ਮੈਂ ਗੱਲ ਕੀਤੀ ਵੀ ਸ਼ੌਂਕ ਹੈ ਅਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਬਰਾੜ ਸਾਹਿਬ ਨੇ ਨਾਲ ਜਿਹੜਾ ਉਹ ਜਿੱਦਾਂ ਬਾਈ ਦੱਸ ਕੇ ਹਟਿਆ ਵੀ ਨਾਲ ਥੋੜ੍ਹਾ ਬਹੁਤਾ ਸ਼ੌਂਕੀਆ ਤੌਰ 'ਤੇ ਵੀ ਬਿਜ਼ਨਸ ਵੀ ਕਰ ਰਹੇ ਨੇ ਅਤੇ ਬਾਈ ਆਪਾਂ ਹੁਣ ਲੋਕੇਸ਼ਨ 'ਤੇ ਚਾਨਣਾ ਪਾ ਦਈਏ ਚੰਗੀ ਤਰ੍ਹਾਂ ਵੀ ਆਪਣਾ ਘਰ ਕਿੱਥੇ ਕੁ ਪੈ ਜਾਂਦਾ ਸਾਰਾ ਲੋਕੇਸ਼ਨ ਵੀਰੇ ਪਿੰਡ ਆ ਗਿਆ ਮਾਂਗਟ ਕੇਰ ਪਿੰਡ ਆਪਣਾ ਹੈਗਾ ਵੀਰੇ ਮਾਂਗਟ ਕੇਰ ਜੀ ਇਹਨੂੰ ਆਪਣੇ ਰੋਡ ਨੂੰ ਨਾ ਪਿੰਡ ਨੂੰ 2 ਰੋਡ ਲੱਗਦੇ ਆ ਬਈ ਇੱਕ ਤਾਂ ਲੱਗਦਾ ਫਿਰੋਜ਼ਪੁਰ ਰੋਡ ਜੇ ਆਪਾਂ ਫਿਰੋਜ਼ਪੁਰ ਮੁੱਖ ਸਿੰਘ ਫਿਰੋਜ਼ਪੁਰ ਰੋਡ ਆਵਾਂਗੇ ਬਈ ਤਾਂ ਮੜ ਮਲੂ ਤੋਂ ਮੁੜਿਆ ਜਾਂਦਾ ਜੀ ਪਹਿਲਾ ਪਿੰਡ ਜੱਸਿਆਣਾ ਦੂਜਾ ਪਿੰਡ ਆਪਣਾ ਜੇ ਆਪਾਂ ਮੁੱਖ ਸਿੰਘ ਗੁਰੂ ਹਰਸਾਈ ਰੋਡ 'ਤੇ ਆਵਾਂਗੇ ਪਹਿਲਾ ਪਿੰਡ ਮੁੱਖ ਸਿੰਘ ਲੰਬੀ ਢਾਬ ਜਿੱਥੇ ਘੋੜਾ ਮੰਡੀ ਲੱਗਦੀ ਹੈ ਲੰਬੀ ਢਾਬ ਤੋਂ ਅਗਲਾ ਪਿੰਡ ਆ ਜਾਂਦਾ ਗੁਲਾਬੇ ਵਾਲਾ ਗੁਲਾਬੇ ਵਾਲਾ ਲਿੰਕ ਰੋਡ ਨਿਕਲਦੀ ਹੈ ਬਈ ਲਿੰਕ ਰੋਡ ਨਿਕਲਦੀ ਹੈ ਸਿੱਧੀ ਆਪਣੇ ਪਿੰਡ ਮਾਂਗਟ ਕੇਰ ਪਿੰਡ ਵੜਨ ਸਾਰ ਆਪਣੀਆਂ ਬਾਹਰ ਬਾਰ 3 ਕੋਠੀਆਂ ਵਿੱਚੋਂ ਸੈਂਟਰ ਵਾਲੀ ਕੋਠੀ ਆਪਣੀ ਹੈ ਇਹ 3 ਕੋਠੀਆਂ ਹੀ ਆਪਣੀ ਤੇ ਪਿੰਡ ਦੇ ਵਿੱਚ ਆਪਾਂ ਕੀ ਵਜਦੇ ਮੰਨ ਲਓ 4-5 ਜਣੇ ਤੁਹਾਡੇ ਪਿੰਡ ਹੀ ਘੋੜੇ ਰੱਖੇ ਹਨ ਪਿੰਡ 'ਚ ਬਾਈ ਆਪਾਂ ਕੋਠੀ ਵਾਲੇ ਵਜਦੇ ਆ ਕੋਠੀ ਵਾਲੇ ਵਜਦੇ ਕੋਠੀ ਵਾਲੇ ਵਜਦੇ ਠੀਕ ਹੈ ਨਾ ਮੇਰਾ ਲਵੀ ਬਰਾੜ ਹੈ ਜੀ ਲੈ ਵੀ ਸੱਜਣੋ ਮਸ਼ਹੂਰ ਬੰਦਾ ਹੈ ਪਿੰਡ ਦੇ ਵਿੱਚ ਲਵੀ ਬਰਾੜ ਨਾਂ ਲੈ ਕੇ ਕਿਹੜਾ ਮਰਜ਼ੀ ਆ ਜਾਓ ਗੇੜਾ ਮਾਰ ਕੇ ਜਾਇਓ ਬਾਈ ਨੂੰ ਮਿਲ ਕੇ ਜਾਇਓ ਬਾਈ ਦੇ ਪਰਿਵਾਰ ਨਾਲ ਬਹਿ ਕੇ ਗੱਲਾਂ ਬਾਤਾਂ ਚਾਹ ਪੀਣ ਜ਼ਰੂਰ ਇੱਕ ਚੁਸਕੀ ਲਾ ਕੇ ਜਾਇਓ ਤੁਹਾਨੂੰ ਸਵਾਦ ਆ ਜਾਊਗਾ ਤੇ ਬਾਕੀ ਮੈਂ ਇੰਨੀ ਬੇਨਤੀ ਫੇਰ ਕਰਦਾ ਵੀ ਜੇ ਭਾਈ ਘੋੜੀਆਂ ਭਰਾਉਣੀਆਂ ਬਹੁਤ ਚੰਗਾ ਘੋੜਾ ਹੈ ਬਾਈ ਦੇ ਕੋਲ ਸ਼ੂਟਰ ਤੁਹਾਡਾ ਦਿਲ ਨਹੀਂ ਟੁੱਟਣ ਦਿੰਦੇ ਬਾਈ ਹਾਂ ਵੱਡੀ ਗੱਲ ਇਹ ਹੈ ਬਾਈ ਵੀ ਬਾਈ ਕੋਲ ਆਣ ਕੇ ਤੁਹਾਡਾ
ਅਤੇ ਸੱਜੋ ਬਹੁਤ ਹੀ ਤੁਸੀਂ ਕੋਈ ਵੀ ਕਹਿਣ ਦਾ ਭਾਵ ਵੀ ਸਰਵਿਸ ਲੈਣੀ ਤਾਂ ਵੀ ਆ ਸਕਦੇ ਹੋ। ਬੱਚੀ ਨੂੰ ਕਰੀਬ ਫੋਰ ਸੇਲ ਹੈ, ਘੋੜੀ ਜਿਹੜੀ ਤੁਹਾਨੂੰ ਸਵਾਰੀ ਕਰਦੀ ਵਿਖਾਈ ਉਹ ਫੋਰ ਸੇਲ ਹੈ, ਅਤੇ ਇੱਕ ਘੋੜਾ ਫੋਰ ਸੇਲ ਹੈ, ਤੁਸੀਂ ਬਾਈ ਨੂੰ ਫੋਨ ਲਾ ਸਕਦੇ ਹੋ। ਅਤੇ ਅੱਛਾ ਬਾਈ, ਜੇ ਮੈਂ ਗੱਲ ਕਰਾਂ ਵੀ ਸਾਰਾ ਫਿਰ ਗੱਲ ਉਹੀ ਆ ਗਈ ਵੀ ਸਾਰੀ ਉਮਰ ਲੰਘ ਗਈ ਆਪਣੇ ਪਰਿਵਾਰ ਦੀ ਇਹਨਾਂ ਸ਼ੌਂਕ ਨਾਲ ਜੁੜਿਆ ਨੂੰ ਘੋੜਿਆਂ 'ਚ, ਹਾਂਜੀ ਅੱਜ ਤੱਕ ਕੀ ਘੋੜਿਆਂ ਦੀ ਦੇਣ ਕੀ ਸਮਝਦੇ ਹੋ, ਕੀ ਖੱਟਿਆ ਘੋੜਿਆਂ ਦੇ ਵਿੱਚੋਂ? ਖੱਟਿਆ ਬਾਈ ਜੀ, ਹਾਂ ਖੱਟੇ ਹੀ ਜਿਹੜਾ ਖੜਾ ਸਾਰਾ ਕੁਝ, ਹੈ ਨਾ, ਭਰਾ ਖੱਟੇ ਹੈ, ਯਾਰ ਦੋਸਤ ਖੱਟੇ ਹੈ, ਬਿਲਕੁਲ, ਹੈ ਨਾ। ਇਹ ਘੋੜਿਆਂ ਨੇ ਬਈ ਭਰਾ ਦਿੱਤੇ ਆ, ਪਹਿਚਾਣ ਤਾਂ ਦਿੱਤੀ ਹੈ, ਭਰਾ ਦਿੱਤੇ ਆ, ਹੈ ਨਾ ਜੀ, ਵੀ ਇਹੋ ਜਿਹੇ ਭਰਾ ਦਿੱਤੇ ਆ ਜਿਹੜੇ ਕਿ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ, ਕੋਈ ਸ਼ੱਕ ਨਾ, ਜਿਹੜੇ ਆਪਾਂ ਜਿੰਨੇ ਵੀਰ ਬੈਠੇ ਆ ਜੀ ਇਹ ਸਾਰੇ ਘੋੜੀਆਂ ਵਾਲੇ ਬੈਠੇ ਆ, ਘੋੜੀਆਂ, ਠੀਕ ਹੈ, ਅਤੇ ਇੱਕ ਬੋਲ 'ਤੇ ਆਉਣ ਵਾਲੇ ਬੰਦੇ ਆ ਬਈ, ਠੀਕ ਹੈ। ਰਾਤ ਸਾਰਿਆਂ ਨੂੰ ਮੇਰੇ ਖਿਆਲ 9 ਵਜੇ ਤੋਂ ਬਾਅਦ 'ਚੋਂ ਕੋਲਾਂ ਹੋਈਆਂ, ਸਾਰੇ ਭਰਾ ਹਾਜ਼ਰ ਬੈਠੇ ਆ, ਹੈ ਨਾ ਜੀ। ਅਤੇ ਬਈ ਘੋੜਿਆਂ ਕਰਕੇ ਆਪਣੇ ਕੁਝ ਭਰਾ ਟੁੱਟੇ ਵੀ ਆ ਬਈ, ਟੁੱਟੇ, ਹੁਣ ਮੈਂ ਤੈਨੂੰ ਕਿਵੇਂ ਕਹਾਂ ਵੀ ਕਾਹਤੋਂ ਟੁੱਟ ਗਏ ਜਾਂ ਕੀ ਰੀਜ਼ਨ ਸੀ, ਵੀ ਬਸ ਬਈ ਬੰਦੇ ਆਪੋ ਆਪਣਾ ਰੰਗ ਦਿਖਾਈ ਜਾਂਦੇ ਆ, ਤੇ ਰੰਗ ਦਿਖਾਈ, ਪਰ ਇੱਕ ਗੱਲ ਆ ਬਈ ਵੀ ਆਪਣੇ ਤੋਂ ਹੋਰ ਹੋ ਵਧਾ ਕਿਸੇ ਦਾ ਮਾੜਾ ਹੋ ਜਾਵੇ, ਪਰ ਬਈ ਆਪਾਂ ਘੋੜਾ ਜਗਤ 'ਚ ਕਿਸੇ ਦਾ ਮਾੜਾ ਨਹੀਂ ਕੀਤਾ। ਆਪਾਂ ਨੂੰ ਤੁਹਾਨੂੰ ਕੋਈ ਬੰਦਾ ਘੋੜੀਆਂ ਵਾਲੀ ਲਾਈਨ 'ਚ ਇਹ ਨਹੀਂ ਕਹੂਗਾ ਲਵੀ ਨੇ ਸਾਡੇ ਤੋਂ ਜਾਂ 1 ਰੁਪਈਏ ਦਾ ਸਾਡੇ ਨਾਲ ਅੱਜ ਤੱਕ ਉਧਾਰ ਕੀਤਾ ਜਾਂ ਸਾਡਾ ਅੱਜ ਤੱਕ 1 ਰੁਪਈਆ ਮੁੱਕ ਰਿਹਾ ਜਾਂ ਕਿਸੇ ਨਾਲ ਘੋੜੀਆਂ ਵਾਲੀ ਗੱਲ 'ਚ ਸਾਡੇ ਨਾਲ ਕੋਈ ਠੱਗੀ ਧੋਖਾ ਕੀਤਾ, ਪਰ ਫਿਰ ਵੀ ਬਈ ਜਿਹੜੇ ਕਿਸੇ ਵੇਲੇ ਭਰਾ ਸੀ ਨਾ, ਅਤੇ ਪਰ ਉਹ ਰੰਗ ਦਿਖਾ ਕੇ ਬਈ ਚੱਲ ਗਿਆ ਉਹ ਜੀ, ਚਲੋ ਉਹ ਜਿਹੜੀ ਉਹ ਆਪਣੇ ਨਾਲ ਨਿਭਣ ਵਾਲੇ ਹੈ ਹੀ ਨਹੀਂ ਸੀ ਬਾਈ, ਅਸਲ ਗੱਲ ਤੇ ਉਹ ਚੀਜ਼ ਦਾ ਬਈ ਦੁੱਖ ਹੈ ਵੀ ਜਿਹੜੇ ਭਰਾ ਭਰਾਵਾਂ ਤੋਂ ਵੀ ਵੱਧ ਕੇ ਸੀ, ਹੈ ਨਾ, ਉਹ ਰੰਗ ਦਿਖਾ ਕੇ, ਬਾਕੀ ਆ ਜਿਹੜੇ ਨਾਲ ਬੈਠੇ ਆ ਤਾਂ ਬਈ ਇਹਨਾਂ ਨਾਲ ਸੋਚ ਮਿਲਦੀ ਹੈ, ਇਹਨਾਂ ਨਾਲ ਦਿਲ ਮਿਲਦਾ, ਹੈ ਨਾ, ਇਹ ਤਾਂ ਇੱਕ ਪਰਿਵਾਰ ਹੈ ਘੋੜਿਆਂ ਨਾਲ ਬਈ ਜਿਹੜਾ ਸਾਰੇ ਸੁੱਖ ਦੁੱਖ 'ਚ ਖੜਦੇ ਆ, ਹੈ ਨਾ, ਆ ਇੰਨੇ ਜਾਣੇ ਬੈਠੇ ਆ, ਮੈਂ ਕਿਹਦਾ ਨਾਂ ਲਵਾਂ ਬਾਈ, ਠੀਕ ਹੈ, ਬੜਾ ਕੁਛ ਸਾਰੀ ਸਤਿਕਾਰ ਘੋੜਿਆਂ 'ਚ, ਹੈ ਨਾ, ਪੈਸਾ ਤਾਂ ਕਮਾਇਆ ਹੀ ਕਮਾਇਆ ਘੋੜਿਆਂ 'ਚ, ਕੋਈ ਘਾਟਾ ਨਹੀਂ ਪਿਆ, ਵਧੀਆ ਕਮਾਈ ਕੀਤੀ, ਰੱਜ ਕੇ ਕੀਤੀ, ਆਪਾਂ ਝੂਠ ਨਹੀਂ ਮਾਰਦੇ, ਪਰ ਭਰਾ ਵੀ ਬਾਈ ਬਹੁਤ ਕਮਾਇਆ, ਬਿਲਕੁਲ ਕੋਈ ਸ਼ੱਕ, ਉਹੀ ਗੱਲ ਹੈ ਵੀ ਇਹੀ ਖੂਬਸੂਰਤੀ ਹੈ ਬਾਈ, ਇਹੀ ਖੂਬਸੂਰਤੀ ਹੈ ਵੀ ਨਵੇਂ ਬੰਦਿਆਂ ਨੂੰ, ਮੈਂ ਮੁੰਡਿਆਂ ਨੂੰ ਇਹੀ ਕਹਿਣਾ ਵੀ ਯਾਰ ਬਾਹਰ ਪੂਰਨ ਵਾਈ ਕਰੀ ਆਹ ਕੰਮ 'ਚ ਵੜ ਕੇ ਵੇਖੋ, ਨਜ਼ਾਰਾ ਹੀ ਵੱਖਰਾ। ਬਾਕੀ ਯਾਰ ਬਾਈ ਇਹਨਾਂ ਇਹ ਪਰਿਵਾਰ ਨੇ ਤਾਂ ਸਾਰੀ ਉਮਰ ਦਿੱਤੀ ਹੈ ਤੁਹਾਨੂੰ, ਘੱਟ ਤੋਂ ਘੱਟ 3 ਸਾਲ ਤਾਂ ਇੱਕ ਲਾਈਨ ਨੂੰ ਦੇਣੇ ਚਾਹੀਦੇ। ਆਪਣੀ ਆਦਤ ਪੰਜਾਬੀਆਂ ਦੀ ਪਤਾ ਕੀ ਹੈ ਬਾਈ ਲਵੀ, ਆਪਾਂ ਪਹਿਲਾਂ ਤਾਂ ਅੱਗ ਦੇ ਭੰਬੂਕੇ ਵਾਂਗੂ ਤਾਂ ਉਹਨੂੰ ਜੜਦੇ ਹਾਂ, ਅਤੇ ਫਿਰ ਅਸੀਂ ਠੰਡੇ ਹੋ ਕੇ ਵੀ ਛੇਤੀ ਬਹਿ ਜਾਂਦੇ ਜੇ ਕੋਈ ਸਾਡਾ ਨੈਗੇਟਿਵ ਪੁਆਇੰਟ ਹੋ। ਅੱਜ ਕੱਲ੍ਹ ਵੀ ਮੁੰਡਾ ਬਾਹਰ ਜਾਂਦਾ ਨਾ, 20 ਤੋਂ ਲੈ ਕੇ 22 ਲੱਖ ਰੁਪਏ ਮੇਰੀਆਂ ਖੁਦ ਦੀਆਂ 3 ਭੈਣਾਂ ਵੀਰੇ ਬਾਹਰ ਨੇ ਜੀ, ਆਹ ਛੋਟਾ ਭਾਈ ਬਾਹਰ ਹੈ ਨਾ, 20 ਤੋਂ ਲੈ ਕੇ 25 ਲੱਖ ਰੁਪਏ ਲਾ ਕੇ ਬਈ ਆਪਾਂ ਬਾਹਰ ਜਾਂਦੇ ਹਾਂ, ਠੀਕ ਹੈ, ਉਹ 20 ਲੱਖ ਘੋੜੀਆਂ 'ਚ ਲਾ ਕੇ ਦੇਖੋ ਬਈ, ਵਾਲੇ ਤਾਂ ਨਹੀਂ ਕਹਿੰਦਾ, ਸਾਲ ਬਾਅਦ 15 ਲੱਖ ਰਿਟਰਨ ਆ ਜੂ, ਠੀਕ ਹੈ, ਕੰਮ ਵਧੀਆ ਜੀ, ਸਾਰੇ ਐਵੇਂ ਆਪਾਂ ਦੇਸ਼ ਨਾ ਛੱਡੀਏ, ਮੇਰਾ ਮੈਂ ਹੁਣ ਬਾਹਰ ਜਾਣ ਨੂੰ ਵੀ ਮੈਂ ਕਿਹੜਾ ਜਾ ਨਹੀਂ ਪਾਦਾ, ਮੇਰੀਆਂ 3 ਭੈਣਾਂ ਬੈਠੀਆਂ, ਮੇਰੇ ਚਾਚੇ ਦਾ ਵੀ ਵਾਇਆ, ਮੇਰਾ ਛੋਟਾ ਚਾਚਾ ਪ੍ਰਗਟ ਉਹ ਵੀ ਆਸਟ੍ਰੇਲੀਆ ਗਿਆ ਹੋਇਆ, ਹੈ ਨਾ, ਮੇਰੇ ਦੋਨੇ ਚਾਚੇ ਬਾਹਰ ਹੈ, ਮੇਰੀਆਂ ਭੈਣਾਂ ਬਾਹਰ ਹੈ, ਮੇਰਾ ਸਹੁਰਾ ਫੈਮਿਲੀ ਮੇਰੀ ਸਾਰੀ ਬਾਹਰ ਹੈ, ਹੈ ਨਾ, ਛੋਟਾ ਭਾਈ ਮੇਰੀ ਭੂਈ ਦਾ ਬੇਟਾ ਬਾਹਰ ਹੈ, ਵੀ ਰੌਲਾ ਬਈਆ ਇੱਥੇ ਖੜੇ ਹਾਂ ਤਾਂ ਇਹਨਾਂ ਕਰਕੇ ਖੜੇ ਹਾਂ, ਇਹਦਾ ਇੱਕ ਸਵਾਦ ਵੱਖਰਾ ਹੀ ਹੈ, ਇਹ ਜਦੋਂ ਹਣਕ ਪੈਂਦੀਆਂ ਨਾ ਬਸ ਬਾਹਰੋਂ ਜਾਂਦੇ ਤੇ ਪੈਰ ਰੋਕ ਲੈਂਦੇ ਆ, ਕਿੰਨੇ ਕੁ ਆਪਾਂ ਜੋੜ ਸਕਦੇ ਹਾਂ, ਜੋੜਦੇ ਹਾਂ, ਆਹ ਮੇਰਾ ਰਿਸ਼ਤੇਦਾਰ ਬੈਠਾ ਪਿੱਛੇ ਸਾਲਾ ਹੀ ਹੈ, ਇਹਨੂੰ ਘੋੜੀਆਂ 'ਚ ਪਾਇਆ ਬਾਈ, ਇੱਕ ਮੇਰਾ ਦੋਸਤ ਹੈ ਮਿੰਟੂ, ਉਹ ਬਾਈ ਖੜਾ ਲੈ ਰਿਹਾ, ਆ ਰਿਸ਼ਪਾਲ ਲੈ ਰਿਹਾ ਬਾਈ, ਡਾਕਟਰ ਬੈਠਾ, ਇਹਨੇ ਨਵੀਆਂ ਜਿੰਨੇ ਕੁ ਜੋੜਦੇ ਆ ਜੋੜਦੇ ਹੀ ਆ, ਹੈ ਨਾ, ਇੱਕ ਆ ਬਾਈ ਕਾਲਾ ਗਿੱਲ, ਇਹਦੇ ਕੋਲੇ ਬਾਈ ਸੰਘਰਾਂ ਹੂਰ ਤੇ ਕੋਈ ਘੱਲਾਂ ਵਾਲੇ ਚਿੜਕ ਦਾ ਵਛੇਰਾ, ਲਗਭਗ ਮੇਰੇ ਹਿਸਾਬ ਨਾਲ 20 ਮਹੀਨੇ ਦਾ ਵਛੇਰਾ ਹੋਊਗਾ, ਆਪਾਂ ਮਿਲਾਂਗੇ ਕਦੇ ਸੰਧੂ, ਉੱਥੇ ਵੀ ਮਿਲਾਂਗੇ ਜ਼ਰੂਰ, ਘੱਟੋ ਘੱਟ 65 ਇੰਚ ਕਰਦਾ ਬਾਈ ਵਛੇਰੇ ਦਾ ਜੀ, ਘੱਟੋ ਘੱਟ 65 ਬਾਈ, ਜਿਹੜਾ ਲਾਲ ਪਰਨੇ 'ਚ ਬੈਠਾ ਸੀ ਇੱਥੇ, ਹੈ ਨਾ, ਆਹ ਪਿੱਛੇ ਬੈਠਾ ਬਾਈ ਆਪਣੇ, ਆਹ ਬਾਈ ਆਹ ਹਰੀ ਭਗਤ, ਇੱਕੋ ਬਾਈ ਸਰਪੰਚ ਸਾਹਿਬ ਬੈਠੇ ਆ, ਜੀ ਬਾਈ, ਉਹ ਵੀ ਸਮੁੰਦਰ ਦਾ ਐਡਾ ਕੁ ਫੈਨ ਹੈ, ਛੱਡ ਗੱਲਾਂ ਦੇ, ਬਹੁਤ ਚੰਗੀਆਂ ਚੰਗੀਆਂ ਬੱਚੀਆਂ ਬਾਈ ਕਰਨੀ ਸਰਪੰਚ ਨੇ ਪੈਦਾ ਕੀਤੀਆਂ, ਬਾਈ ਦਾ ਪਿੰਡ ਬੁੱਟਰ ਹੈ ਜੀ, ਇਹਨਾਂ ਦੋਨਾਂ ਵੀਰਾਂ ਦੇ ਪਿੰਡ ਕੋਲੋਂ ਕੋਲ ਹੀ ਹੈ ਜੀ, ਹੈ ਨਾ, ਵੀ ਚਲੋ ਬਾਈ ਬੜਾ ਕੁਛ ਦਿੱਤਾ ਘੋੜੀਆਂ ਨੇ, ਬੜਾ ਕੁਛ ਦੇਣ ਪਰਮਾਤਮਾ ਕਰੇ, ਵੈਗੁਰੂ ਕਰੇ, ਸਾਰਿਆਂ ਨੂੰ ਭਾਗ ਲਾਵੇ ਬਾਈ, ਵੀ ਕਦੇ ਹੰਕਾਰ ਨਾ ਕਰੀਏ, ਹੈ ਨਾ, ਵੱਡੀ ਗੱਲ ਹੈ, ਹੰਕਾਰ ਕੀਤਾ ਜੇ ਉਹ ਦਿੰਦਾ ਹੈ ਨਾ, ਵੱਡੀ ਗੱਲ ਇਹ ਆਪਾਂ ਬਾਈ ਘੋੜੇ ਵਾਲਿਆਂ ਦੇ ਵਿੱਚ ਬਹੁਤ, ਚਲੋ ਆਪਾਂ ਕਿਸੇ ਦਾ ਨਾਂ ਲੈ ਕੇ ਨਹੀਂ ਮੈਂਸ਼ਨ ਕਰਦੇ, ਪਰ ਬਹੁਤ ਸੱਜਣ ਵੇਖੇ ਜਿਨ੍ਹਾਂ ਦਾ ਸਿੱਕਾ ਚੱਲਦਾ ਸੀ, ਪਰ ਉਹ ਜੇ ਇਹ ਤੇਰੇ ਗਾਲੀ ਗੱਲ ਖਣੋ ਬਾਈ ਹੰਕਾਰ ਜਾਂ ਮਾਣ ਵਾਲੇ ਪਾਸੇ ਇਹਦੇ ਜਿੱਦਾਂ ਦਿੰਦਾ ਉਹ ਖੋ ਵੀ ਲੈਂਦਾ ਬਾਈ, ਉਹ ਤਾਂ ਫਿਰ ਉਹਨੇ ਦੇਣ ਵਾਲਾ ਹੋਊਗਾ ਤਾਂ ਫਿਰ ਲੈਣ ਵਾਲਾ ਵੀ, ਲੈਣ ਵਾਲਾ ਵੀ ਉਹੀ ਆ, ਉਹ ਤੋਂ ਡਰ ਕੇ ਚੱਲੋ, ਸਾਫ ਸੁਥਰਾ ਕੰਮ ਕਰੋ, ਗੱਲ ਖਤਮ ਹੈ ਨਾ, ਉਹ ਤੰਗੀਆਂ ਦੁਖੀਆਂ ਆਉਂਦੀਆਂ ਰਹਿੰਦੀਆਂ ਮਨ ਤੇ, ਹਨਾ, ਉਹ ਤਾਂ ਪੈਂਦੀਆਂ ਰਹਿੰਦੀਆਂ ਬਾਈ, ਜ਼ਿੰਦਗੀ ਦਾ ਨਾਂ ਹੀ ਇਹ ਹੈ, ਮਾੜੇ ਵੀ ਉਹ ਤਾਂ ਬਈ ਇੱਕ ਪੈਗੀ ਪਈ ਆ ਜੀ, ਘੁੰਮਦਾ ਆਇਆ, ਹਨਾ, ਅੱਜ ਚੰਗੇ ਕੱਲ ਮਾੜੇ ਪਰਸੋਂ ਫਿਰ ਚੰਗੇ ਜੀ ਜੀ, ਠੀਕ ਹੈ, ਜਿਹੜਾ ਕੰਮ ਨਾਲ ਜੁੜੇ ਰਹੇ ਛੇਤੀ ਦਿਲ ਨਾ ਛੱਡੋ, ਇੱਕ ਨਾ ਇੱਕ ਦਿਨ ਉਹ ਕੰਮ ਤੁਹਾਨੂੰ ਸਕਸੈਸਫੁਲ ਬਈ ਕਰੂਗਾ ਹੀ ਕਰੂਗਾ, ਮੈਂ ਤਾਂ ਲੈ ਕੇ, ਬਸ ਸ਼ਿੱਦਤ, ਤੁਹਾਡੀ ਸ਼ਿੱਦਤ ਹੋਣੀ ਚਾਹੀਦੀ ਆ, ਉਹ ਤੁਹਾਡਾ ਧਿਆਨ, ਤੁਹਾਡਾ ਦਿਲ, ਤੁਹਾਨੂੰ 24
ਇਹ ਪਹਿਲਾਂ ਨਾ ਘੋੜਿਆਂ ਤੋਂ ਇਹਨੂੰ ਵਾਵਾ ਸ਼ੌਕ ਆ ਹਨਾ ਵੀ ਇਹ ਪਹਿਲਾਂ ਨੱਕ ਤੇ ਮਾਰ ਰੱਖ ਕੇ ਨਾ ਨਹੀਂ ਬਾਬਾ ਵੀ ਕਿੱਧਰ ਤੁਸੀਂ ਐਵੇਂ ਲੱਦ ਮੈਂ ਕੀ ਕੀਤਾ ਹਨਾ ਹੁਣ ਇਹ ਵੀ ਬਈ ਬਿੰਦ ਨਹੀਂ ਸਕਦਾ ਖੱਟੇ ਵੜ ਕੇ ਵਾਲਾ ਹਨਾ ਇਹ ਵੀ ਇਹਨੂੰ ਵੀ ਬਹੁਤ ਸ਼ੌਕ ਹੈ ਜੀ ਠੀਕ ਹੈ ਵੀ ਬਾਕੀ ਬਈ ਜਾਉਂਦਾ ਰਹੇ ਮੇਰੇ ਚਾਚਾ ਮੇਰਾ ਡੈਡੀ ਇਹਨਾਂ ਨੇ ਮੈਨੂੰ ਦਾਦਾ ਜੀ ਇਹਨਾਂ ਨੇ ਮੈਨੂੰ ਅੱਜ ਤੱਕ ਕਦੇ ਕੁਝ ਨਹੀਂ ਕਿਹਾ ਬਈ ਜੋੜੀ ਮਰਜ਼ੀ ਘੋੜੀ ਲੈ ਲਾਂ ਬਈ ਜੋ ਵੀ ਲੈ ਲਾਂ ਕਦੇ ਇਹਨਾਂ ਨੇ ਮੇਰਾ ਜਵਾਬ ਨਹੀਂ ਦਿੱਤਾ ਜੀ ਫੈਮਿਲੀ ਦੀ ਸ਼ੁਰੂ ਤੋਂ ਸਪੋਰਟ ਰਹੀ ਹੈ ਹਨਾ ਕਿਉਂਕਿ ਉਹ ਚੀਜ਼ ਨੂੰ ਸਮਝਦੇ ਸੀ ਹਨਾ ਵੀ ਘੋੜੇ ਕੀ ਚੀਜ਼ ਆ ਹਨਾ ਤੇ ਅਸੀਂ ਵੀ ਅਕਸਰ ਹੀ ਬੇਨਤੀ ਕਰਦੇ ਹੁੰਦੇ ਆ ਜੇ ਤੁਹਾਨੂੰ ਕੋਈ ਵੀ ਭਰਾ ਬਾਹਰ ਜਾਣਾ ਚਾਹੁੰਦਾ ਹੈ ਨਾ ਜਵਾਕ ਜੇ ਜਿੱਦ ਕਰਦਾ ਹੈ ਬਾਈ ਤੇ ਉਹਨੂੰ ਘੋੜੀ ਵੀ ਜ਼ਰੂਰ ਲੈ ਕੇ ਦਿਓ ਜੇ ਤੁਹਾਡਾ ਦਿਲ ਸਾਡੀਆਂ ਵੀਡੀਓ ਅਸੀਂ ਇਸੇ ਕੰਮ ਨੂੰ ਹੀ ਪਾਉਂਦੇ ਹਾਂ ਬਾਈ ਵੀ ਤੁਹਾਡੇ ਵਰਗੇ ਜਿਹੜੇ ਨਵੇਂ ਭਰਾ ਵੀ ਸ਼ੌਂਕ ਰੱਖਦੇ ਆ ਤੇ ਥੋੜ੍ਹੀ ਜਿਹੀ ਭਾਵੇਂ ਇੱਕ ਵਾਰੀ ਹੌਲੇ ਦਰਜੇ ਦੀ ਘੋੜੀ ਲੈ ਕੇ ਦਿਓ ਲੈ ਕੇ ਜ਼ਰੂਰ ਦਿਓ ਮੇਰੀ ਬਾਈ ਭੂਏ ਦਾ ਪੁੱਤਰ ਹੈ ਨਾ ਮੇਰੀ ਭੂਏ ਕਹਿੰਦੇ ਅੱਜ ਤੱਕ ਘੋੜੀਆਂ ਹੀ ਰੱਖੀਆਂ ਠੀਕ ਹੈ ਉਹ ਛੋਟਾ ਜਿਹਾ ਇੱਥੇ ਬੇਟਾ ਬੇਟਾ ਜਿਹੜਾ ਹੁਣ ਬੋਲ ਰਿਹਾ ਸੀ ਵਿੱਚ ਉਹ 2 ਕੁ ਸਾਲ ਦਾ ਹੈ ਜੀ ਉਹਦਾ ਘੋੜੀਆਂ ਨਾ ਬਈ ਇੰਨਾ ਕੁ ਪਿਆਰਾ ਉਹ ਇੱਥੋਂ 2 ਕਿਲੋਮੀਟਰ ਦੇ ਪਿੰਡ ਆ ਭੂਆ ਕਾ ਉਹ ਕਹੂਗਾ ਮੈਨੂੰ ਕਿਹੜੇ ਬੜੇ ਲਵੀ ਤਾਏ ਕੋਲ ਲੈ ਕੇ ਚਲੋ ਉਹਦੇ ਘੋੜੀਆਂ ਦੇਖਣੀਆਂ ਹਨਾ ਵੀ ਇਹ ਤਾਂ ਬਈ ਘੋੜੀਆਂ ਦਾ ਇੱਕ ਚੀਜ਼ ਹੋਰ ਪਸ਼ੂ ਵੀ ਬਥੇਰੇ ਆ ਬਈ ਘੋੜੀਆਂ ਨਾਲ ਹੀ ਕਿਉਂ ਆ ਜੀ ਗੱਲ ਤਾਂ ਸੋਚਣ ਵਾਲੀ ਹੈ ਨਾ ਵੀ ਉਹ ਛੋਟਾ ਜਿਹਾ ਬੱਤਾ ਬੱਚਾ ਉਹਨੂੰ ਘੋੜੀਆਂ ਦਾ ਕੀ ਉਹਨੂੰ ਪਤਾ ਹੈ ਜੀ ਉਹਨੂੰ ਇੰਨਾ ਲਗਾਵ ਹੈ ਗੁਰੂ ਮਹਾਰਾਜ ਦੀ ਸਵਾਰੀ ਕਰਕੇ ਬਈ ਇਹਨਾਂ ਕੋਲ ਕਹਿੰਦੇ ਪਸ਼ੂ ਤਾਂ ਹੋਰ ਬਥੇਰੇ ਫਿਰਦੇ ਆ ਇੱਕ ਘੋੜੀਆਂ ਹੀ ਵਾਹਿਗੁਰੂ ਨੇ ਬਖਸ਼ੀਆਂ ਵੀ ਇਹਨਾਂ ਦਾ ਹਰ ਬੰਦਾ ਇਹਨਾਂ ਦੀ ਕਦਰ ਕਰਦਾ ਸਾਡੇ ਗੁਰੂਆਂ ਨੇ ਸਤਿਕਾਰ ਦਿੱਤਾ ਲਵੀ ਬਾਈ ਆਪਣੇ ਵਿਰਸੇ ਨਾਲ ਰਿਲੇਟਡ ਚੀਜ਼ਾਂ ਨੇ ਤੇ ਸਾਨੂੰ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਹੈ ਬਾਈ ਸਤਿਕਾਰ ਤੇ ਬਾਕੀ ਹਾਂਜੀ ਹਾਂਜੀ ਬਾਪੂ ਜੀ ਇੱਕ ਜੀ ਦੂਜਾ ਇਹਨਾਂ ਬਜ਼ੁਰਗ ਗੁਰਦੱਤ ਸਿੰਘ ਬਰਾੜ ਨੇ ਹਾਂਜੀ 40 ਕਿੱਲੇ ਜ਼ਮੀਨ ਸੀ ਨਾ ਜੀ ਤੇ 75 ਕਿੱਲੇ ਜ਼ਮੀਨ ਆ ਹੁਣ ਜ਼ਿਆਦਾ ਬਾਈ ਮਿਹਨਤ ਕਰੀ ਹੁਣ ਬਾਈ 75 ਤੋਂ ਵੀ ਬਲਾਤਾ ਹੁਣ ਸਾਡੇ ਕੋਲ 100 ਤੋਂ ਕੋਈ 2 ਕਿੱਲੇ ਘੱਟ ਭਲਾ 100-2 ਤੋਂ ਕੋਈ ਘੱਟ ਹੋਊ 2 ਕਿੱਲੇ ਜਾਂ 2 ਵੱਧ ਹੋਊਗੀ ਅਸੀਂ ਬਾਈ ਇੰਨੀ ਜ਼ਮੀਨ ਬੈ ਲਈ ਹੈ ਜੀ ਹਨਾ ਵੀ ਉਹ ਮਿਹਨਤ ਹੈ ਬਾਈ ਮਿਹਨਤ ਹੈ ਕੋਈ ਤਾਂ ਫਿਰ ਉਹੀ ਹੈਗੀ ਹਨਾ ਬਾਈ ਪਾਕਿਸਤਾਨ ਚੋਂ ਜਮਾਂ ਉੱਜੜ ਕੇ ਆਏ ਸੀ ਠੀਕ ਹੈ ਤੇ ਬਾਈ ਇੱਥੇ ਆ ਕੇ 100 ਕਿੱਲਾ ਜ਼ਮੀਨ ਦਾ ਬਣਾਉਣਾ ਬਾਈ ਮਿਹਣਾ ਰੱਖਦਾ ਵੀ ਉਹ ਕਿਤਾ ਮਾੜਾ ਨਹੀਂ ਕੀਤਾ ਵੀ ਖਾਲਾ ਜੀ ਦਾ ਵਾੜਾ ਨਹੀਂ ਬਿਲਕੁਲ ਮਿਹਨਤ ਚੰਗਾ ਹੀ ਕੀਤਾ ਬਾਕੀ ਗੱਲ ਇਹ ਤਾਂ ਕੀਤੀਆਂ ਹਾਂ ਬਿਲਕੁਲ ਬਿਲਕੁਲ ਬਾਈ ਬਾਕੀ ਬਾਈ ਲਵੀ ਇਹ ਆ ਵੀ ਜੇ ਕੋਈ ਅੱਜ ਕਿਸੇ ਸਟੇਟਸ ਤੇ ਬੈਠਾ ਹੈ ਨਾ ਉਹ ਆਪਦੀ ਮਿਹਨਤ ਕਰਕੇ ਬੈਠਾ ਬਿਲਕੁਲ ਬਿਲਕੁਲ ਬਾਈ ਹਨਾ ਤੇ ਜੇ ਕੋਈ ਅੱਗੇ ਨਹੀਂ ਆ ਰਿਹਾ ਹੋ ਸਕਦਾ ਕਿ ਉਹਦੇ 'ਚ ਕਮੀਆਂ ਹੋਣ ਤੇ ਸਾਨੂੰ ਲੋੜ ਹੁੰਦੀ ਆ ਆਪਦੀਆਂ ਕਮੀਆਂ ਲੱਭਣ ਦੀ ਇਹ ਨਹੀਂ ਕਿ ਬਾਈ ਆ ਵੀਡੀਓ ਦੇ ਵਿੱਚ ਆ ਯਾਰ ਗੱਲ ਨਹੀਂ ਚੰਗੀ ਲੱਗੀ ਤੂੰ ਠੋਕ ਦੋ ਕਮੈਂਟ ਕੱਢ ਦੋ ਗਾਲ ਹਨਾ ਕੰਬਲਾਂ 'ਚ ਬਹਿ ਕੇ ਰਜਾਈਆਂ 'ਚ ਬਹਿ ਕੇ ਏਸੀਆਂ 'ਚ ਬਹਿ ਕੇ ਬਾਈ ਗਾਲਾਂ ਲਿਖਣੀਆਂ ਬੜੀਆਂ ਸੌਖੀਆਂ ਨੇ ਤੇ ਜਵਾਬ ਦੇਣ ਨੂੰ ਤਾਂ ਬਾਈ ਸਾਰੇ ਕਮੈਂਟ ਅਸੀਂ ਪੜ੍ਹਦੇ ਅਸੀਂ ਮੱਥਾ ਮਾਰੀ ਚੱਲ ਗਏ ਪਰ ਰੌਲਾ ਇਹ ਹੈ ਬਾਈ ਵੀ ਅਸੀਂ ਉਹਨਾਂ ਗੱਲਾਂ 'ਚ ਪਾਈ ਬਾਈ ਜੇ ਕੋਈ ਘੋੜੀਆਂ ਵਾਲੇ ਘਰ ਫੇਲ ਵੀ ਹੋਏ ਨਾ ਸੰਧੂ ਸਾਹਿਬ ਉਹ ਘਰ ਕਿਹੜੇ ਫੇਲ ਹੁੰਦੇ ਆ ਤੁਹਾਨੂੰ ਮੈਂ ਦੱਸਦਾ ਜੀ ਆਪਾਂ ਘੋੜੀਆਂ ਰੱਖ ਲਈਆਂ ਬਾਈ ਘੋੜੀਆਂ ਜਿੰਨਾ ਕੁ ਖਾਂਦੀਆਂ ਨਾ ਉਦੋਂ ਆਪਣੇ ਤੋਂ ਡਬਲ ਆਪਾਂ ਨੂੰ ਦਿੰਦੀਆਂ ਵੀ ਆ ਕੋਈ ਸ਼ੱਕ ਨਹੀਂ ਹੁਣ ਬਾਈ ਮਾੜਾ ਚੰਗੇ ਕੰਮ ਤਾਂ ਆਪਾਂ ਕਰੀਏ ਠੀਕ ਹੈ ਨਾ ਅਸੀਂ ਘੋੜੀਆਂ ਲਾਈਏ ਨਾ ਬਾਈ ਘੋੜੀਆਂ ਦਾ ਲਾ ਦਈਏ ਪਹਿਲਾਂ ਲੋਕਾਂ ਨੇ ਕਬੂਤਰ ਮਾੜੇ ਆ ਕੋਈ ਬਾਈ ਕਬੂਤਰ ਨਹੀਂ ਮਾੜੇ ਹਨਾ ਹੁਣ ਮੈਂ ਘਰੋਂ ਜਾਵਾਂ ਘੋੜੀ ਲੈਣ ਬਾਈ ਮੈਂ ਘਰ ਦਾ ਕੁੱਤ ਕਿੱਤੇ ਫਿਰਾਂ ਹੁਣ ਮੈਂ ਤੈਨੂੰ ਕਿਵੇਂ ਦੱਸਾਂ ਵੀਡੀਓ ਉਹ ਬਈ ਘੋੜੀਆਂ ਦਾ ਥੋੜੀ ਨਾ ਕਸੂਰ ਉਹ ਤਾਂ ਬੰਦੇ ਦਾ ਕਸੂਰ ਹੈ ਵੀ ਮੈਨੂੰ ਨਹੀਂ ਲੱਗਦਾ ਘੋੜਾ ਇੰਡਸਟਰੀ ਘੋੜਿਆਂ ਨੇ ਜਾਂ ਕਿਸੇ ਨੂੰ ਘੋੜੀਆਂ ਨੇ ਅੱਜ ਤੱਕ ਫੇਲ ਕੀਤਾ ਘੋੜੀਆਂ 'ਚੋਂ ਖੱਡਿਆ ਹੀ ਆ ਜਿਹਨੇ ਖੱਡਿਆ ਹਨਾ ਵੀ ਇੱਕ ਬੜਾ ਵਧੀਆ ਧੰਦਾ ਹੈ ਗੱਲ ਫਿਰ ਉੱਥੇ ਨੀਅਤ 'ਤੇ ਆ ਜਾਂਦੀ ਹੈ ਕਿ ਨੀਅਤ ਸਾਫ਼ ਹੈ ਤਾਂ ਬਾਈ ਉਹ ਸੁਣਦਾ ਤੁਹਾਡੀ ਮਿਹਨਤ ਨੂੰ ਭਾਗ ਲੱਗਦਾ ਹੀ ਹੈ ਬਾਕੀ ਬਾਈ ਕੋਈ ਮੈਸੇਜ ਭਰਾਵਾਂ ਨੂੰ ਜਾਂਦੇ ਜਾਂਦੇ ਪ੍ਰਚਾਰਕ ਤੂੰ ਵੀ ਮੇਰੇ ਵਾਂਗੂ ਤਗੜਾ ਹੈ ਨਾ ਮੈਂ ਫਿਰ ਬਾਈ ਉਹੀ ਤਾਂ ਗੱਲ ਹੈ ਨਾ ਵੀ ਇਹ ਕੰਮ 'ਚ ਪਾਓ ਬਾਈ ਕੰਮ ਨਹੀਂ ਮਾੜਾ ਸਾਫ਼ ਸੁਥਰਾ ਵਪਾਰ ਕਰੋ ਮੈਂ ਬੂਟੇ ਲਾ ਰਿਹਾ ਬਾਈ ਮੇਰਾ ਦੋਸਤ ਖੁੰਡੇ ਹਲਾਲ ਤੋਂ ਹਨਾ ਜੀ ਉਹਨੇ ਵੀ ਨਵੀਆਂ ਘੋੜੀਆਂ ਰੱਖੀਆਂ ਹੁੰਦੇ ਮੇਰੇ ਮੈਨੂੰ ਨਹੀਂ ਲੱਗਦਾ ਉਹਨੇ ਕੋਈ ਪਿਓ ਦਾਦੇ 'ਚ ਕਿਹਨੇ ਘੋੜੀਆਂ ਰੱਖੀਆਂ ਵਧੀਆ ਉਹ ਵੀ ਵਧੀਆ ਮੁੰਡਾ ਵਿਚਾਰਾ ਹਨਾ ਜੀ ਉਹਦੇ ਘਰੇ ਵਧੀਆ ਬੱਚੇ ਆਏ ਆ ਉਹ ਵੀ ਉਹਦੇ ਘਰੇ ਆਪਣੇ ਸ਼ੂਟਰ ਦਾ ਇੱਕ ਵਛੇਰਾ ਵੀ ਆਇਆ ਠੀਕ ਹੈ ਉਹ ਸਾਂਭੀ ਜਾਂਦਾ ਪਰ ਬਾਈ ਇੱਕ ਸਾਫ਼ ਸੁਥਰਾ ਜਿਹਾ ਵਪਾਰ ਹੈ ਸਾਫ਼ ਸੁਥਰਾ ਕੰਮ ਕਰੋ ਸ਼ਾਹੀ ਸ਼ੌਂਕ ਹੈ ਸਰਦਾਰੀ ਵਾਲਾ ਸ਼ੌਂਕ ਹੈ ਕਿਸੇ ਦਾ ਮਾੜਾ ਨਹੀਂ ਹੋਊਗਾ ਚੰਗਾ ਹੀ ਹੋਊਗਾ ਜੇ ਬੰਦਾ ਆਪ ਚੰਗਾ ਜੇ ਆਪ ਚੰਗਾ ਤੇ ਬਾਈ ਵਧੀਆ ਕੰਮ ਹੈ ਇਹਨੇ ਰੱਖਣੀਆਂ ਰੱਖੋ ਚੰਗਾ ਕੰਮ ਹੈ ਬਾਕੀ ਬਈ ਰਹੀ ਗੱਲ ਘੋੜੇ ਦੀ ਵੀ ਬਈ ਘੋੜੀਆਂ ਭਰਾਓ ਹਨਾ ਕੋਈ ਮਾਨ ਨਹੀਂ ਹੰਕਾਰ ਨਹੀਂ ਤੁਹਾਡਾ ਦਿਲ ਨਹੀਂ ਟੁੱਟਣ ਦੇਵਾਂਗੇ ਬਿਲਕੁਲ ਬੱਚੇ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਵਾਹਿਗੁਰੂ ਪਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਵੀ ਅੱਗੇ ਵੀ ਚੰਗੇ ਹੀ ਪੈਦਾ ਕਰਾਂ ਜੀ ਲੈ ਵੀ ਸੱਜਣੋ ਭਰਾ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਈਆਂ ਬਾਈ ਦੇ ਘੋੜੇ ਘੋੜੀਆਂ ਵਛੇਰੀਆਂ ਵਿਖਾਈਆਂ ਬੱਚੇ ਵਿਖਾਏ ਆ ਘੋੜੇ ਸ਼ੂਟਰ ਦੇ ਕਿਵੇਂ ਲੱਗੇ ਕਮੈਂਟਾਂ ਦੇ ਵਿੱਚ ਧੁੱਕੀ ਕੱਢ ਦਿਓ ਅਤੇ ਇੱਕ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਵੀ ਵੀਡੀਓ ਸ਼ੇਅਰ ਜ਼ਰੂਰ ਮਾਰ ਦਿਓ ਅਤੇ ਵੀਰ ਨੂੰ ਫੋਨ ਕਰਕੇ ਕਿਉਂਕਿ ਪਹਿਲੀ ਵੀਡੀਓ ਮੇਰੇ ਹਿਸਾਬ ਨਾਲ ਅੱਜ ਤਾਈਂ ਮੀਡੀਆ 'ਤੇ ਨਹੀਂ ਆਏ ਹਾਂ ਅੱਜ ਤੱਕ ਬਾਈ ਕੋਈ ਫੋਟੋਗ੍ਰਾਫੀ ਨਹੀਂ ਕਰਾਈ ਕਾਰਨ ਬਾਈ ਮੈਂ ਉਹੀ ਤਾਂ ਕਹਿ ਰਿਹਾ ਬਾਈ ਲੋੜ ਹੀ ਨਹੀਂ ਬਾਈ ਹਨਾ ਵੀ ਜਿੰਨੀ ਕੁ ਆਪਾਂ ਨੂੰ 'ਚ ਸਹੀ ਚੱਲੀ ਜਾਂਦਾ ਘੋੜਾ ਬਾਈ ਹਨਾ ਵੀ ਬਸ ਚੱਲ ਕਾਰਨ ਕਹੀ ਆ ਹੁਣ ਤੂੰ ਛੱਡ ਚਲੋ ਸ਼ੁਕਰ ਆ ਮਹਾਰਾਜ ਦਾ
ਭਰਾਉਣੀਆਂ ਘੋੜੀਆਂ ਤਾਂ ਬਾਈ ਦੁਆਰ ਖੁੱਲ੍ਹੇ ਆ, ਭਰਾ ਲਓ ਜਾਫਰ ਤੋਂ ਭਰਾ ਲਓ, ਹਾਂ ਜਿੱਥੋਂ ਮਰਜ਼ੀ ਭਰਾ ਲਓ, ਅਤੇ ਜਿਹੜਾ ਜਾਫਰ ਹੈ ਉਹ ਫੋਰ ਸੇਲ ਕਰਨ ਦਾ ਬਾਈ ਦਾ ਇਰਾਦਾ ਹੈ। ਫਿਰ ਕਹਿੰਦਾ ਵੀ ਤੁਹਾਨੂੰ ਜੈਨੂਅਨ ਰੇਟ 'ਚ ਮਿਲ ਜੂਗਾ, ਫੋਨ ਜ਼ਰੂਰ ਲਾ ਲਿਓ, ਬਾਕੀ ਘੋੜੀ ਅਤੇ ਜਿਹੜੀ ਵਛੇਰੀ ਹੈ ਉਹ ਵੀ ਫੋਰ ਸੇਲ ਕਰ ਦੇਣਗੇ। ਫੋਨ ਮਾਰ ਲਿਓ ਇੱਕ ਵਾਰੀ ਅਤੇ ਵੀਡੀਓ ਸ਼ੇਅਰ ਕਰ ਦਿਓ, ਕਮੈਂਟਾਂ ਦੇ ਵਿੱਚ ਵੀ ਦੱਸ ਦਿਓ ਭਾਈ। ਅਤੇ ਮੈਂ ਇਹਦਾ ਨਾ ਵੀ ਬਾਈ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵੀ ਬਾਈ। ਜਾਫਰ ਸੇਲ ਕਰਨ ਦਾ ਇਰਾਦਾ ਜ਼ਰੂਰ ਹੈ, ਹਾਂ ਕੋਈ ਚੰਗੇ ਬੰਦੇ ਨੂੰ ਦੇਵਾਂਗੇ ਜੀ, ਸੇਵਾ ਰੱਖਣ ਵਾਲੇ ਬੰਦੇ ਨੂੰ ਦੇਵਾਂਗੇ ਜੇ ਦੇਵਾਂਗੇ ਤਾਂ, ਹੈ ਨਾ। ਰੇਟ ਦਾ ਚੱਲ ਬਾਅਦ ਦੀਆਂ ਗੱਲਾਂ ਜੋ ਹੋਊਗਾ ਜੀ। ਘੋੜਾ ਘਰ ਦਾ ਬੱਚਾ ਹੈ, ਕੋਈ ਵਪਾਰ ਲਾਈਨ ਵਾਲਾ ਬੱਚਾ ਨਹੀਂ, ਬਹੁਤ ਚੰਗੀ ਘੋੜੀ ਦਾ ਸਾਰਾ ਰਿਕਾਰਡ ਹੈ ਵੀ ਆਪਣਾ, ਕੋਈ ਇਹ ਨਹੀਂ ਹੈਗਾ ਵਾਰੀ ਵਾਰੀ ਉਹ ਰੱਸਾ ਲਾਉਣਾ, ਹੈ ਨਾ। ਵਧੀਆ ਬੰਦੇ ਨੂੰ ਦੇਵਾਂਗੇ ਜਿਹੜਾ ਸਾਂਭੂਗਾ, ਬੱਚਾ ਗਰੰਟੀ ਆ, ਬਹੁਤ ਚੰਗੇ ਬੱਚੇ ਪੈਦਾ ਕਰੂਗਾ ਬਾਈ। ਉਹਦੀ ਮਾਂ ਦੋ ਵਾਰ ਦੀ ਚੈਂਪੀਅਨ ਸੀ ਜੀ, ਬਹੁਤ ਚੰਗਾ ਘੋੜਾ ਹੋਈ ਜੀ। ਆਪਣਾ ਉਹ ਨਹੀਂ ਜੇ ਉਹ ਤੋਂ ਕਿਸੇ ਨੇ ਸਰਵਿਸ ਲੈਣੀ ਸਰਵਿਸ ਲਵੇ। ਬਹੁਤ ਹੀ ਜਲਦ ਇੱਦਾਂ ਦੇ ਭਰਾਵਾਂ ਨੂੰ ਤੁਹਾਡੀ ਕਚਹਿਰੀ 'ਚ ਲੈ ਕੇ ਹਾਜ਼ਰ ਹੁੰਦੇ ਹਾਂ, ਅਤੇ ਇੱਦਾਂ ਦੇ ਦੇਵਤੇ ਘੋੜੇ ਘੋੜੀਆਂ ਤੁਹਾਡੇ ਲਈ ਚੰਗੇ ਵਧੀਆ ਬਰੀਡ ਪੈਦਾ ਕਰਨ ਵਾਲੇ ਭਰਾਵਾਂ ਨਾਲ ਮਿਲਾਉਂਦੇ ਹਾਂ, ਅਤੇ ਚੰਗੇ ਘੋੜੇ ਘੋੜੀਆਂ ਤੁਹਾਡੀ ਕਚਹਿਰੀ 'ਚ ਰੱਖਦੇ ਹਾਂ। ਬਹੁਤ ਹੀ ਜਲਦ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ, ਉਨੇ ਟਾਈਮ ਦੀ ਦਿਓ ਜੀ ਸੁੱਖ ਸਦੋਂ ਇਜਾਜ਼ਤ, ਜਿਉਂਦੇ ਵਸਦੇ ਹੱਸਦੇ ਰਹੋ, ਸ਼ਬਾ ਖੈਰ, ਸਤਿ ਸ਼੍ਰੀ ਅਕਾਲ ਬਾਈ ਜੀ। ਸਾਰੇ ਭਰਾਵਾਂ ਦਾ ਧੰਨਵਾਦ, ਸਾਰਿਆਂ ਟਾਈਮ ਕੱਢਿਆ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਓਕੇ ਸਰ, ਜੋ ਸ਼ੇਅਰ ਮਾਰਦੇ ਹੋ, ਮਿਲਦੇ ਅਗਲੀ ਵੀਡੀਓ ਨਾਲ, ਸਤਿ ਸ਼੍ਰੀ ਅਕਾਲ।